अकाल चैनल नू सब्सक्राइब करो, नवी वीडियोस दे नोटिफिकेशन दे लई बेल आइकन नू क्लिक करना ना भूलना। देश विदेश बैठे अकाल चैनल देख रहे सारे दर्शकों का स्वागत है। दोस्तों मैं तुहाडा हरबना हनवंत सिंह लैके हाजिर हाँ तुहाडा मनपसंद प्रोग्राम हरियाणे च सरदारी। बड़े लंबे समय तो हरियाणे च सरदारी प्रोग्राम विच असीं गल कर रहे हैं अपनी विरासत की, अपने इतिहासक पन्नियां की, अपने इतिहासक स्रोतों की, उन्हां इतिहासक इमारतों की, जो इमारतां जो विरासत कितें ना कितें साडे दिलां विचों अलोप हो चुकी है, परंतु उन्हां दे सबूत, उन्हां दी निशानदेही, उन्हां दे चिन्ह अजे भी कितें ना कितें बरकरार ने। ਯਾਰ ਦੋਸਤੋ ਅੱਜ ਉਸੀ ਵਿਰਾਸਤ ਨੂੰ ਉਸੀ ਇਤਿਹਾਸਕ ਸਰੋਤਾਂ ਨੂੰ ਆਧਾਰ ਬਣਾ ਕੇ ਅਸੀਂ ਤੁਹਾਡੇ ਰੂਬਰੂ ਕੀਤਾ ਹੈ। ਪਿਛਲੇ ਲੰਬੇ ਸਮੇਂ ਤੋਂ ਲੋਹਗੜ੍ਹ ਦਾ ਸਿੱਖ ਕੈਪੀਟਲ ਕੀ ਹੈ, ਲੋਹਗੜ੍ਹ ਕਿਹਦੇ ਨਾਮ ਨਾਲ ਪ੍ਰਚਲਿਤ ਹੋਈ, ਬਾਬਾ ਬੰਦਾ ਸਿੰਘ ਬਹਾਦਰ ਦਾ ਲੋਹਗੜ੍ਹ ਨਾਲ ਕੀ ਇਤਿਹਾਸ ਹੈ, ਜਾਂ ਹੋਰ ਇਹੋ ਜਿਹੇ ਇਤਿਹਾਸਕ ਪਹਿਲੂ ਜੋ ਤੁਹਾਡੇ ਰੂਬਰੂ ਕਰ ਚੁੱਕੇ ਹਾਂ, ਅਤੇ ਅੱਜ ਵਿਸ਼ੇਸ਼ ਤੌਰ 'ਤੇ ਅਸੀਂ ਗੱਲ ਕਰਾਂਗੇ ਲੋਹਗੜ੍ਹ ਬਾਰੇ। ਕਿਹੜੇ ਕਿਹੜੇ ਸਥਾਨ ਨੇ ਲੋਹਗੜ੍ਹ ਦੇ, ਜਾਂ ਲੋਹਗੜ੍ਹ ਦੇ ਨਾਮ ਦੇ ਉੱਪਰ ਕਿਹੜੇ ਕਿਹੜੇ ਕਿਲੇ ਸਟੈਬਲਿਸ਼ ਕੀਤੇ ਗਏ, ਕੀ ਪੰਜਾਬ ਤੱਕ ਸੀਮਤ ਹੈ ਲੋਹਗੜ੍ਹ, ਜਾਂ ਫਿਰ ਕੀ ਭਾਰਤ ਤੱਕ ਸੀਮਤ ਹੈ ਲੋਹਗੜ੍ਹ, ਜਾਂ ਜੇਕਰ ਪੰਜਾਬ ਤੱਕ ਸੀਮਤ ਹੈ ਲੋਹਗੜ੍ਹ ਤਾਂ ਅਜੇ ਤੱਕ ਉਹ ਇਤਿਹਾਸਕ ਪਹਿਲੂ ਸਾਡੇ ਸਾਹਮਣੇ ਕਿਉਂ ਨਹੀਂ ਆ ਸਕਿਆ, ਕਿਹਨਾਂ ਦੀ ਕਮੀ ਸੀ, ਇਹਦੇ ਬਾਰੇ ਪੂਰੀਆਂ ਗੱਲਾਂ ਇਸ ਸ਼ੋਅ ਵਿੱਚ ਕਰਾਂਗੇ। ਅਤੇ ਅੱਜ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਤੇ ਸਤਿਕਾਰਯੋਗ ਸਿੱਖ ਪੰਥ ਦੀਆਂ ਬੜੀਆਂ ਪਿਆਰੀਆਂ ਸ਼ਖਸੀਅਤਾਂ, ਜੋ ਕਿ ਵਿਸ਼ੇਸ਼ ਤੌਰ 'ਤੇ ਸਿੱਖ ਕੈਪੀਟਲ ਲੋਹਗੜ੍ਹ ਦੇ ਉੱਪਰ ਕਾਰਜ ਕਰ ਰਹੇ ਨੇ, ਸਾਡੇ ਤੇ ਸਤਿਕਾਰਯੋਗ ਸਰਦਾਰ ਗਗਨਦੀਪ ਸਿੰਘ ਜੀ ਅੱਜ ਮੇਰੇ ਨਾਲ ਮੌਜੂਦ ਨੇ, ਅਤੇ ਇੱਕ ਸਿੱਖ ਉੱਘੇ ਸਿੱਖ ਚਿੰਤਕ ਸਰਦਾਰ ਜਰਨੈਲ ਸਿੰਘ, ਤੁਹਾਡਾ ਸਵਾਗਤ ਜੀ ਫਤਿਹ ਅੱਜ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ, ਆਪ ਜੀ ਨੂੰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢਿਆ ਤੁਸੀਂ ਅੱਜ। ਗਗਨਦੀਪ ਸਿੰਘ ਜੀ, ਆਪਾਂ ਪਿਛਲੇ ਲੰਬੇ ਸਮੇਂ ਤੋਂ ਲੋਹਗੜ੍ਹ ਬਾਰੇ ਗੱਲ ਕਰ ਰਹੇ ਹਾਂ, ਇੱਕ ਬੜੇ ਸਾਡੇ ਸਵਾਲ ਸਾਡੇ ਸਾਹਮਣੇ ਉੱਭਰ ਕੇ ਆ ਰਹੇ ਨੇ ਕਿ ਲੋਹਗੜ੍ਹ ਅੰਮ੍ਰਿਤਸਰ ਦੀ ਧਰਤੀ 'ਤੇ ਵੀ ਹੈ, ਲੋਹਗੜ੍ਹ ਪੰਜਾਬ ਤੋਂ ਬਾਹਰ ਵੀ ਹੈ, ਅਤੇ ਲੋਹਗੜ੍ਹ ਅੱਜ ਭਾਰਤ ਦੇ ਕਿਸੇ ਦੂਜੇ ਕੋਨੇ ਵਿੱਚ ਵੀ ਸਾਡੇ ਕੋਲ ਸਾਹਮਣੇ ਆ ਰਿਹਾ ਪ੍ਰੂਫ ਕਿ ਲੋਹਗੜ੍ਹ ਇੱਥੇ ਵੀ ਵਸਿਆ ਹੈ। ਕੀ ਲੋਹਗੜ੍ਹ ਗੁਰੂ ਸਾਹਿਬਾਨ ਨਾਲ ਸੰਬੰਧਿਤ ਨੇ, ਜਾਂ ਲੋਹਗੜ੍ਹ ਗੁਰੂ ਇਤਿਹਾਸ ਗੁਰਸਿੱਖਾਂ ਨਾਲ ਸੰਬੰਧਿਤ ਨੇ, ਕਿੰਨੇ ਕੁ ਲੋਹਗੜ੍ਹ ਨੇ ਜਿਹੜੇ ਕਿ ਅੱਜ ਸਟੈਬਲਿਸ਼ ਹੋ ਚੁੱਕੇ ਨੇ? ਦੇਖੋ ਵੀਰ ਜੀ, ਜਿਹੜਾ ਲੋਹਗੜ੍ਹ ਨਾਮ ਹੈ ਨਾ ਜੀ, ਉਹ ਲੋਹਗੜ੍ਹ ਨਾਮ ਹੀ ਗੁਰਮਤ ਜਾਂ ਗੁਰਸਿੱਖੀ ਨਾਲ ਜੁੜਿਆ ਹੋਇਆ ਨਾਮ ਹੈ। ਔਰ ਜੋ ਜਿੱਦਾਂ ਤੁਸੀਂ ਪਹਿਲੇ ਦੱਸਿਆ ਕਿ ਅੰਮ੍ਰਿਤਸਰ ਦੀ ਪ੍ਰੋਟੈਕਸ਼ਨ ਵਾਸਤੇ ਜੋ ਪਹਿਲੇ ਜੋ ਕਿਲ੍ਹਾ ਉਸਾਰਿਆ ਗਿਆ ਉਹਦਾ ਨਾਮ ਲੋਹਗੜ੍ਹ ਸੀ, ਗੁਰੂ ਹਰਗੋਬਿੰਦ ਸਾਹਿਬ ਨੇ ਉਸਾਰਿਆ ਸੀਗਾ ਜੀ। ਇੱਕ ਲੋਹਗੜ੍ਹ ਜਿਹਦੇ ਬਾਰੇ ਤੁਸੀਂ ਹੁਣ ਮੇਨ ਚਰਚਾ ਕਰ ਰਹੇ ਹੋ, ਇੱਕ ਲੋਹਗੜ੍ਹ ਜੋ ਅਨੰਦਪੁਰ ਸਾਹਿਬ ਜਿੱਥੇ ਹਥਿਆਰ ਬੰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਕਿਲ੍ਹਾ ਉਸਾਰਿਆ ਸੀਗਾ। ਇੱਕ ਲੋਹਗੜ੍ਹ ਰਾਜਸਥਾਨ 'ਚ ਵੀ ਹੈ, ਬਿਲਕੁਲ ਜੀ, ਔਰ ਉਹਦੇ ਕੁਛ ਐਸੇ ਐਵੀਡੈਂਸਿਸ ਮਿਲਣੇ ਸ਼ੁਰੂ ਹੋਏ ਵੀ ਆਪਸ 'ਚ ਕਨੈਕਟਡ ਹੈ। ਅੱਛਾ, ਇੱਕ ਲੋਹਗੜ੍ਹ ਚੌਂਕੀ ਜ਼ੀਰਕਪੁਰ ਦੇ ਕੋਲ ਵੀ ਹੈ, ਇਹ ਵੀ ਖਾਲਸਾ ਰਾਜਧਾਨੀ ਚੌਂਕੀ ਸੀਗੀ। ਇੱਕ ਲੋਹਗੜ੍ਹ ਪਿੰਜੌਰ ਦੇ ਕੋਲ ਵੀ ਪਿੰਡ ਹੈਗਾ, ਉੱਥੇ ਵੀ ਆਰਕਿਓਲੋਜੀਕਲ ਐਵੀਡੈਂਸਿਸ ਮਿਲ ਰਹੇ, ਉੱਥੇ ਮੋਰਚਾਬੰਦੀ ਮਿਲ ਰਹੀ ਹੈ। ਔਰ ਇਸੀ ਤਰ੍ਹਾਂ ਆਪਾਂ ਤਕਰੀਬਨ ਇੱਥੋਂ ਦੀ ਰਾਜਸਥਾਨ ਵਾਲੇ ਕਿਲ੍ਹੇ ਤੋਂ 700 ਕਿਲੋਮੀਟਰ ਹੋਰ ਨੀਚੇ ਚੱਲ ਜਾਈਏ ਅਤੇ ਇੱਕ ਪੂਨੇ ਦੇ ਕੋਲ ਵੀ ਲੋਹਗੜ੍ਹ ਹੈ, ਬਿਲਕੁਲ, ਉਹਨੂੰ ਸਿੰਘਗੜ੍ਹ ਵੀ ਕਹਿੰਦੇ ਹੈ, ਸਿੰਘਾਂ ਦਾ ਗੜ੍ਹ, ਜਿਹਨੂੰ ਸ਼ਿਵਾ ਜੀ ਦਾ ਕੁਛ ਪੇਸ਼ਵਾ ਦਾ ਕਨੈਕਸ਼ਨ ਹੈ, ਲੇਕਿਨ ਉਹ ਆਪਸ 'ਚ ਕੋਈ ਕਨੈਕਟਿਵਿਟੀ ਹੋ ਵੀ ਸਕਦੀ ਹੈ। ਔਰ ਉਸ ਤੋਂ ਬਾਅਦ ਜਦੋਂ ਲਾਸਟ ਦੇ ਵਿੱਚ ਇੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਜੋ ਕਿਲ੍ਹਾ ਹੈ ਉਹ ਆਪਣਾ ਕੋਪਲ ਡਿਸਟ੍ਰਿਕਟ ਦੇ ਵਿੱਚ, ਕੋਪਲ ਸ਼ਹਿਰ ਦੇ ਵਿੱਚ ਹੈਗਾ, ਜੋ ਕਿ ਕਰਨਾਟਕਾ 'ਚ ਪੈਂਦਾ ਜੀ। ਯਾਨੀ ਕਿਤੇ ਨਾ ਕਿਤੇ ਲੋਹਗੜ੍ਹ ਸਟੈਬਲਿਸ਼ ਹੋਏ ਪਏ ਨੇ ਥਾਂ ਥਾਂ 'ਤੇ, ਬਿਲਕੁਲ, ਅਤੇ ਸਿੱਖ ਪੰਥ ਨਾਲ ਸੰਬੰਧ ਰੱਖਦੇ ਨੇ, ਬਿਲਕੁਲ। ਇੱਕ ਹੋਰ ਸ਼ਬਦ ਸਾਡੇ ਇਤਿਹਾਸਕ ਪਹਿਲੂਆਂ 'ਚ ਲੋਹਗੜ੍ਹ ਦੇ ਬਿਲਕੁਲ ਵਿਪਰੀਤ ਨਜ਼ਰ ਆ ਰਿਹਾ ਹੈ, ਇਹ ਨਹੀਂ ਪਤਾ ਕਿ ਉਹ ਕਿਉਂ ਆ ਰਿਹਾ, ਕਿਵੇਂ ਇਤਿਹਾਸ ਵਿੱਚ ਪੇਸ਼ ਕੀਤਾ ਹੈਗਾ, ਮੁਖਲਿਸਗੜ੍ਹ, ਲੋਹਗੜ੍ਹ ਦਾ ਕੀ ਸੰਬੰਧ ਹੈ ਮੁਖਲਿਸਗੜ੍ਹ ਦੇ ਨਾਲ, ਜਾਂ ਫਿਰ ਉਹ ਵੱਖਰਾ ਕੋਈ ਕਿਲ੍ਹਾ ਹੈ, ਜਾਂ ਕਿਤੇ ਇਤਿਹਾਸ ਵਿੱਚ ਜਾਣ ਬੁੱਝ ਕੇ ਕ੍ਰੀਏਟ ਕੀਤਾ ਗਿਆ? ਮੈਂ ਚਾਹਾਂਗਾ ਅੱਜ ਇਸ ਪੂਰੇ ਸ਼ੋਅ ਦੇ ਵਿੱਚ ਤੁਸੀਂ ਲੋਹਗੜ੍ਹ ਅਤੇ ਮੁਖਲਿਸਗੜ੍ਹ ਬਾਰੇ ਸਾਡੀਆਂ ਸੰਗਤਾਂ ਨੂੰ ਜ਼ਰੂਰ ਚਾਨਣਾ ਪਾਓ ਜੀ। ਦੇਖੋ ਜਦੋਂ ਅਸੀਂ ਰਿਸਰਚ ਸ਼ੁਰੂ ਕੀਤੀ ਨਾ ਜੀ, ਸ਼ੁਰੂ ਕੀਤੀ ਸੀ ਕਿ ਜਿੱਦਾਂ ਆਮ ਆਦਮੀ ਨੂੰ ਪਤਾ ਹੁੰਦਾ ਹੈ ਕਿ ਜੋ ਲੋਹਗੜ੍ਹ ਸੀ ਉਹਦਾ ਨਾਮ ਮੁਖਲਿਸਗੜ੍ਹ ਸੀ, ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਤੇ ਕਬਜ਼ਾ ਕਰਕੇ ਔਰ ਉਹਨੂੰ ਖਾਲਸਾ ਰਾਜਧਾਨੀ 1710 'ਚ ਡਿਕਲੇਅਰ ਕਰਤਾ ਸੀਗਾ ਜੀ। ਆਮ ਜੋ ਪ੍ਰਚਲਿਤ ਗੱਲ ਹੈ ਹਿਸਟਰੀ ਦੇ ਵਿੱਚ, ਇਸੇ ਤਰੀਕੇ ਨਾਲ ਅਸੀਂ ਵੀ ਸ਼ੁਰੂ ਕੀਤੀ ਸੀਗੀ, ਲੇਕਿਨ ਮੈਂ ਹਿਸਟਰੀ ਨੂੰ ਸਿਰਫ ਇੱਕ ਸਟੂਡੈਂਟ ਜਾਂ ਪੜ੍ਹਨ ਦੇ ਹਿਸਾਬ ਨਾਲ ਨਹੀਂ ਕਰ ਰਿਹਾ ਸੀ, ਮੈਂ ਇੱਕ ਰਿਸਰਚ ਵੀ ਕਰ ਰਿਹਾ ਸੀ ਔਰ ਇੱਕ ਇਨਵੈਸਟੀਗੇਸ਼ਨ ਵੀ ਕਰ ਰਿਹਾ ਸੀਗਾ। ਔਰ ਜਦੋਂ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਤਾਂ ਜੋ ਬਲਾਈਂਡਲੀ ਹਰ ਚੀਜ਼ ਨੂੰ ਅਸੀਂ ਐਕਸੈਪਟ ਨਹੀਂ ਕਰਦੇ, ਬਿਲਕੁਲ, ਕਿਉਂਕਿ ਉਹਦੇ ਵਿੱਚ ਅਸੀਂ ਉਹਦੇ ਐਵੀਡੈਂਸਿਸ ਵੀ ਲੱਭਦੇ ਹਾਂ ਕਿ ਉਹਦੇ ਸਪੋਰਟਿੰਗ ਐਵੀਡੈਂਸਿਸ ਕੀ ਨੇ, ਕਿਉਂਕਿ ਜਿੱਥੇ ਸਾਨੂੰ ਐਵੀਡੈਂਸ ਮਿਲ ਜਾਂਦਾ ਉੱਥੇ ਫਿਰ ਬਲਾਈਂਡ ਨਹੀਂ ਕੀਤਾ ਜਾ ਸਕਦਾ। ਹਾਂਜੀ,
ਹੁਣ ਸਰਕਮਸਟਾਂਸਿਸ ਜੋ ਐਵੀਡੈਂਸਿਸ ਨੇ ਕਿ ਬੇਸਿਕਲੀ ਕੀ ਹੈ ਕਿ ਜਦੋਂ ਅਸੀਂ ਆਪਣੀ ਰਿਸਰਚ ਪੂਰੀ ਕਰ ਲਈ ਸਾਨੂੰ ਪਤਾ ਲੱਗ ਗਿਆ ਵੀ ਲੋਹਗੜ੍ਹ ਖਾਲਸਾ ਰਾਜਧਾਨੀ 10,000 ਏਕੜ ਤੋਂ ਉੱਪਰ 'ਚ ਫੈਲੀ ਹੋਈ ਹੈ ਅਤੇ ਔਰ ਉਤਵਾ ਰੀਨਲ ਮੈਪਸ ਦੇਖੇ ਮੁਗਲ ਮੈਪਸ ਦੇਖੇ ਫਿਰ ਇਰਫਾਨ ਹਬੀਬ ਦੀ ਬੁੱਕ ਹੈਗੀ ਐਟਲਸ ਔਫ ਮੁਗਲ ਐਮਪਾਇਰ ਉਹਨੂੰ ਸਟੱਡੀ ਕੀਤਾ ਹੋਰ ਮਤਲਬ ਜਿੰਨੇ ਮੈਪਸ ਅਵੇਲੇਬਲ ਸੀਗੇ ਪਰਸ਼ੀਅਨ ਸੋਰਸ ਉਹ ਸਾਰੇ ਸਟੱਡੀ ਕੀਤੇ ਅਤੇ ਜੇ ਐਡੀ ਵੱਡੀ ਸਟੈਬਲਿਸ਼ਮੈਂਟ ਸੀਗੀ ਲੋਹਗੜ੍ਹ ਔਰ ਇਹ ਮੁਗਲ ਰਾਜ ਦੀ ਸਟੈਬਲਿਸ਼ਮੈਂਟ ਸੀਗੀ ਕਿਤੇ ਵੀ ਉਹਦਾ ਜ਼ਿਕਰ ਨਹੀਂ ਆਉਂਦਾ ਉਹਨਾਂ ਮੈਪਸ ਦੇ ਵਿੱਚ ਔਰ ਦੂਸਰੀ ਗੱਲ ਕੀ ਹੈ ਜੋ ਸੈਕਿੰਡ ਸਾਡੇ ਸਵਾਲ ਜ਼ਿਹਨ 'ਚ ਆਇਆ ਕਿ ਜੇ ਐਡਾ ਵੱਡੀ ਸਟੈਬਲਿਸ਼ਮੈਂਟ ਸੀਗੀ ਇੱਥੇ ਕੋਈ ਨਾ ਕੋਈ ਤਾਂ ਰਾਜਾ ਬੈਠਦਾ ਹੋਏਗਾ ਬਿਲਕੁਲ ਠੀਕ ਹੈ ਉਹਦੀ ਕੋਈ ਜਗੀਰ ਵੀ ਹੋਏਗੀ ਉਹਦਾ ਕੋਈ ਮਨਸਬਦਾਰ ਵੀ ਹੋਏਗਾ ਮੁਗਲਾਂ ਔਰੰਗਜ਼ੇਬ ਦਾ ਹੋਏਗਾ ਚਾਹੇ ਉੱਤੋਂ ਸ਼ਾਹਜਹਾਂ ਦਾ ਹੋਏਗਾ ਜਾਂ ਅੱਗੇ ਪਿੱਛੇ ਜੋ ਵੀ ਉਸ ਟਾਈਮ ਮੌਕੇ ਦਾ ਬਾਦਸ਼ਾਹ ਸਟਾਫ ਰੱਖਿਆ ਹਾਂਜੀ ਉਹਨਾਂ ਦਾ ਬੇਸਿਕਲੀ ਉਹਦਾ ਕੋਈ ਮਨਸਬਦਾਰੀ ਵੀ ਹੋਏਗੀ ਉਹਨੂੰ ਉਸ ਨਾ ਦਾ ਉੱਥੋਂ ਦਾ ਕੋਈ ਮਨਸਬਦਾਰ ਮਿਲਦਾ ਰਿਕਾਰਡ ਦੇ ਵਿੱਚ ਅਹਿਮਦਰ ਅਲੀ ਦੀ ਬੁੱਕ ਦੇ ਵਿੱਚ ਨਾ ਉੱਥੋਂ ਦਾ ਕੋਈ ਜ਼ਗੀਰਦਾਰ ਦਾ ਕੋਈ ਜ਼ਿਕਰ ਆਉਂਦਾ ਮਨਸਬਦਾਰ ਦਾ ਇੱਕੋ ਹੀ ਜ਼ਿਕਰ ਆਉਂਦਾ ਪੀਰ ਬੁੱਧੂ ਸ਼ਾਹ ਜੀ ਦੇ ਪਰਿਵਾਰ 'ਚੋਂ ਮਨਸਬਦਾਰੀ ਹੈਗੀ ਹੈ ਜਾਂ ਖਿਜਰਾਬਾਦ ਮਨਸਬਦਾਰ ਬੈਠਦਾ ਜੀ ਜਾਂ ਮੁਸਤਾਬਾਦ ਮਨਸਬਦਾਰ ਬੈਠਦਾ ਤਿੰਨ ਜਗ੍ਹਾ ਮਨਸਬ ਸਡੋਰੇ ਹੈ ਜਾਂ ਆਪਣਾ ਮੁਸਤਾਬਾਦ ਹੈ ਜਾਂ ਆਪਣਾ ਖਿਜਰਾਬਾਦ ਹੈ ਜੋ ਕਿ ਸਾਡੇ ਇਸੀ ਏਰੀਆ ਦੇ ਨੇੜੇ ਤੇੜੇ ਹੈ ਔਰ ਸਭ ਤੋਂ ਵੱਡਾ ਜੋ ਪਰਗਨਾ ਸੀਗਾ ਉਹ ਸਭ ਤੋਂ ਵੱਡਾ ਪਰਗਨਾ ਸੀ ਖਿਜਰਾਬਾਦ ਜਿੱਥੇ ਕਾਫੀ ਵੱਡੀ ਅਸੀਂ ਕਹਿ ਸਕਦੇ ਵੀ ਏਸ਼ੀਆ ਦੀ ਸਭ ਤੋਂ ਵੱਡੀ ਟਿੰਬਰ ਮਾਰਕੀਟ ਸੀ ਟ੍ਰੇਡਿੰਗ ਯੂਨਿਟ ਸੀਗੀ ਜੀ ਅਤੇ ਇਹ ਗੱਲ ਕਲੀਅਰ ਹੋ ਚੁੱਕੀ ਸੀਗੀ ਕਿ ਜੇ ਇਹ ਮੁਖਲਿਸਗੜ੍ਹ ਸੀ ਔਰ ਐਡੀ ਵੱਡੀ ਸਟੈਬਲਿਸ਼ਮੈਂਟ ਸੀਗੀ ਤਾਂ ਹੂ ਵਾਜ਼ ਦਾ ਓਨਰ ਹੂ ਵਾਜ਼ ਟੇਕਿੰਗ ਕੇਅਰ ਆਫ ਦਿਸ ਥਿੰਗ ਉਹਦਾ ਕੋਈ ਐਵੀਡੈਂਸਿਸ ਮੌਜੂਦ ਨਹੀਂ ਸੀਗੇ ਉਸ ਤੋਂ ਬਾਅਦ ਜੋ ਸੈਕਿੰਡ ਮੈਂ ਕੀ ਕੀਤਾ ਕਿ ਮੈਂ ਔਰ ਮੇਰੇ ਡੀ ਸੀ ਸਾਹਿਬ ਡਾਕਟਰ ਐਸ ਐਸ ਫੁਲੀਆ ਜਦੋਂ ਮੈਂ ਉਹਨਾਂ ਨੂੰ ਜਾ ਕੇ ਗੱਲ ਸ਼ੇਅਰ ਕੀਤੀ ਤਾਂ ਉਹ ਵੀ ਬੜੇ ਇੱਕਦਮ ਕਿਉਰਿਓਸਿਟੀ ਹੋ ਗਈ ਕਹਿੰਦੇ ਯਾਰ ਐਡਾ ਹਿਸਟਰੀ 'ਚ ਗੜਬੜ ਹੋ ਰੱਖੀ ਹੈ ਅਤੇ ਡੀ ਸੀ ਸਾਹਿਬ ਮੇਰੇ ਨਾਲ ਪੌਂਡਾ ਸਾਹਿਬ ਐਸ ਡੀ ਐਮ ਕੋਲ ਗਏ ਮਿਸਟਰ ਰਾਣਾ ਉੱਥੇ ਐਸ ਡੀ ਐਮ ਸੀਗੇ ਅਸੀਂ ਫਿਰ ਉਹਦੇ ਕੰਨ ਗੋਲ ਨੂੰ ਬਿਠਾਇਆ ਉੱਥੋਂ ਦਾ ਪੁਰਾਣਾ ਰਿਕਾਰਡ 200-300 ਸਾਲ ਪੁਰਾਣਾ ਰੈਵਨਿਊ ਰਿਕਾਰਡ ਚੈੱਕ ਕਰਨਾ ਸ਼ੁਰੂ ਕੀਤਾ ਯਕੀਨ ਮੰਨਿਓ ਕਿ ਪੌਂਟਾ ਤਹਿਸੀਲ ਦੇ ਵਿੱਚ ਮੁਖਲਿਸਗੜ੍ਹ ਨਾਮ ਦੀ ਕੋਈ ਜਗ੍ਹਾ ਹੀ ਨਹੀਂ ਹੈ ਫਿਰ ਕਿਵੇਂ ਐਸਟੈਬਲਿਸ਼ ਕੀਤੀ ਗਈ ਇਤਿਹਾਸ ਦੇ ਵਿੱਚ ਮੈਂ ਉਹੀ ਦੱਸ ਰਿਹਾ ਤੁਹਾਨੂੰ ਮੇਰੀ ਹਾਲੇ ਗੱਲ ਰੈਵਨਿਊ ਰਿਕਾਰਡ 'ਤੇ ਪੂਰੀ ਨਹੀਂ ਹੋਈ ਲੋਹਗੜ੍ਹ ਦੇ ਨਾਮ 3,000 ਏਕੜ ਅੱਜ ਵੀ ਰੈਵਨਿਊ ਰਿਕਾਰਡ ਦੇ ਵਿੱਚ ਪੌਂਟਾ ਸਾਹਿਬ ਤਹਿਸੀਲ 'ਚ ਜ਼ਮੀਨ ਪਈ ਹੋਈ ਹੈ ਮੁਖਲਿਸਗੜ੍ਹ ਦੇ ਨਾਮ 1 ਇੰਚ ਜਗ੍ਹਾ ਵੀ ਨਹੀਂ ਹੈ ਹੁਣ ਉਸ ਤੋਂ ਬਾਅਦ ਮੈਂ ਜਦੋਂ ਆਹ ਸਾਰੀਆਂ ਗੱਲਾਂ ਹੋ ਗਈਆਂ ਕਨਫਰਮ ਹੋ ਚੁੱਕਿਆ ਕਿ ਮਤਲਬ ਇਹ ਲੋਹਗੜ੍ਹ ਅਤੇ ਮੁਖਲਿਸਗੜ੍ਹ ਉਹ ਨਹੀਂ ਹੈ ਜੋ ਗੱਲ ਹੋ ਰਹੀ ਹੈ ਫਿਰ ਮੁਖਲਿਸਗੜ੍ਹ ਕਿੱਥੇ ਗਿਆ ਉਹ ਲੱਭਣਾ ਜ਼ਰੂਰੀ ਹੋ ਗਿਆ ਕਿਉਂਕਿ ਹਿਸਟਰੀ ਵਾਰ ਵਾਰ ਆ ਰਹੀ ਹੈ ਸਾਹਮਣੇ ਬਿਲਕੁਲ ਜੀ ਨਾਮ ਵਾਰ ਵਾਰ ਆ ਰਿਹਾ ਸਾਡੇ ਸਾਹਮਣੇ ਫਿਰ ਅਸੀਂ ਕੀ ਕੀਤਾ ਕਿ ਇੱਕ ਪਿੱਛੇ ਬੁੱਕ 2002 'ਚ ਪਬਲਿਸ਼ ਹੋਈ ਬੜੀ ਇੰਪੋਰਟੈਂਟ ਟੈਕਸਟ ਹੈ ਸਿੱਖ ਹਿਸਟਰੀ ਫਰੋਮ ਪਰਸ਼ੀਅਨ ਸੋਰਸਿਸ ਇਰਫਾਨ ਹਬੀਬ ਔਰ ਜੀ ਐਸ ਗਰਵਾਲ ਸਾਹਿਬ ਦੀ ਬੁੱਕ ਹੈ ਔਰ ਉਸ ਬੁੱਕ ਦੇ ਵਿੱਚ ਇੱਕ ਮੈਪ ਲੱਗਿਆ ਜਿਸ ਮੈਪ ਦੇ ਵਿੱਚ ਲੋਹਗੜ੍ਹ ਅਤੇ ਮੁਖਲਿਸਗੜ੍ਹ ਨੂੰ ਵੱਖਰਾ ਵੱਖਰਾ ਦਿਖਾਇਆ ਗਿਆ ਔਰ ਐਟਲਸ ਔਫ ਮੁਗਲ ਐਮਪਾਇਰ ਜੋ ਕਿ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਵੀ ਪਿਆ ਹੋਇਆ ਉਹ ਇਸ ਬੁੱਕ ਦੇ ਵਿੱਚ ਵੀ ਲੋਹਗੜ੍ਹ ਅਤੇ ਮੁਖਲਿਸਗੜ੍ਹ ਦੀਆਂ ਲੋਕੇਸ਼ਨਸ ਡਿਫਾਈਨ ਕੀਤੀਆਂ ਗਈਆਂ ਹੁਣ ਐਗਜੈਕਟਲੀ ਜੋ ਲੋਕੇਸ਼ਨ ਡਿਫਾਈਨ ਕੀਤੀ ਗਈ ਹੈ ਮੁਖਲਿਸਗੜ੍ਹ ਦੀ ਉਹ ਡਿਫਾਈਨ ਕੀਤੀ ਗਈ ਹੈ ਇਟ ਇਜ਼ ਔਨ ਦਾ ਬੈਂਕ ਆਫ ਯਮੁਨਾ ਰਿਵਰ ਹਥਨੀ ਕੁੰਡ ਬੈਰੇਜ ਹੈਗਾ ਜਿੱਥੋਂ ਪਾਣੀ ਡਿਵਾਈਡ ਹੁੰਦਾ ਯੂਪੀ ਹਰਿਆਣਾ ਅਤੇ ਦਿੱਲੀ ਦੇ ਵਿੱਚ ਉਸ ਬੈਰੇਜ ਦੇ ਨਾਲ ਹੀ ਯੂਪੀ 'ਚ ਇੱਕ ਪਿੰਡ ਹੈਗਾ ਫੈਜ਼ਾਬਾਦ ਔਰ ਜੋ ਖਿਜਰਾਬਾਦ ਅਤੇ ਫੈਜ਼ਾਬਾਦ ਦੋਨੋਂ ਵੱਡੇ ਪਰਗਨਾ ਸੀਗੇ ਇੱਕ ਟਾਈਮ ਫੈਜ਼ਾਬਾਦ ਸਰਕਾਰ ਵੀ ਬਣ ਗਈ ਸੀਗੀ ਉਸ ਫੈਜ਼ਾਬਾਦ ਪਰਗਨਾ ਦੇ ਜੋ ਏਰੀਆ ਦੇ ਵਿੱਚ ਮੁਖਲਿਸਗੜ੍ਹ ਜਿਹਨੂੰ ਬਾਦਸ਼ਾਹੀ ਬਾਗ ਵੀ ਕਹਿੰਦੇ ਹੈ ਜੋ ਰੰਗ ਮਹਿਲ ਸੀ ਮੁਗਲਾਂ ਦਾ ਔਰ ਉਹ ਜਾ ਕੇ ਉੱਥੇ ਇਸਟੈਬਲਿਸ਼ ਕੀਤਾ ਗਿਆ ਹੁਣ ਉਹ ਜੋ ਪ੍ਰੈਜ਼ੈਂਟ ਸਾਈਟ ਹੈ ਕਿਉਂਕਿ ਉਹ ਜਗ੍ਹਾ ਬਹੁਤ ਦੂਰ ਨਹੀਂ ਸੀ ਮੇਰੇ ਤੋਂ ਅਤੇ ਮੈਂ ਉਸ ਮੈਪ ਦੇ ਮੁਤਾਬਿਕ ਮੈਂ ਵੀਰ ਜੀ ਨਾਲ ਗੱਲ ਕੀਤੀ ਮੈਂ ਵੀਰ ਜੀ ਨੂੰ ਕਿਹਾ ਮੈਂ ਵੀ ਅਸੀਂ ਜਾ ਕੇ ਨਾ ਇੱਕ ਵਾਰੀ ਦੇਖ ਕੇ ਆਈਏ ਸਾਈਟ ਕਿਉਂਕਿ ਜੇ ਮੈਪ ਕਹਿ ਰਹੇ ਨੇ ਔਰ ਫਿਰ ਤਾਂ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ ਮੌਕੇ ਸਾਈਟ ਅਸੀਂ ਗੱਡੀ ਚੱਕੀ ਫੈਜ਼ਾਬਾਦ ਪਹੁੰਚੇ ਫੈਜ਼ਾਬਾਦ ਤੋਂ ਉੱਥੇ ਪਹੁੰਚੇ ਤਾਂ ਉੱਥੇ ਰੰਗ ਮਹਿਲ ਮੁਗਲਾਂ ਦਾ ਮਿਲਿਆ ਔਰ ਬੜਾ ਸੁੰਦਰ ਰੰਗ ਮਹਿਲ ਸੀਗਾ ਜਿਹਦੇ ਅੱਜ ਉਹ ASI ਦੀ ਪ੍ਰੋਟੈਕਟਿਡ ਸਾਈਟ ਹੈ ਆਗਰਾ ਸਰਕਲ ਦੀ ਔਰ ਉਹਦੇ ਰਿਵਾਈਵਲ ਵਾਸਤੇ ਉਹਨਾਂ ਨੇ ਜਾਂ ਉਹਨੂੰ ਰਿਸਟੋਰ ਕਰਨ ਵਾਸਤੇ ASI ਨੇ ਆਰਕਿਓਲੋਜੀਕਲ ਸਰਵੇ ਆਫ ਇੰਡੀਆ 2-2.5 ਕਰੋੜ ਰੁਪਏ ਖਰਚ ਵੀ ਕੀਤਾ ਜੋ ਮੈਨੂੰ ਪਤਾ ਲੱਗਿਆ ਉਹਦੇ ਗੱਲ ਦੇ ਉੱਪਰ ਔਰ ਉੱਥੇ ਦੇਖੋ ਜੀ ਕਮਰੇ ਬੜੇ ਨੇ ਮਾਡਰਨ ਲੈਟਰਿਨਸ ਬਣੀਆਂ ਟੋਇਲੈਟਸ ਬਣੇ ਨੇ ਔਰ ਥਰਮੋਸਟੈਟ ਲੱਗੇ ਹੋਏ ਨੇ ਉਹਦੇ ਵਿੱਚ ਯਾਨੀ ਕਿ ਬਿਲਕੁਲ ਤਾਜ ਮਹਿਲ ਦੇ ਪੈਟਰਨ 'ਤੇ ਉਹ ਹੈਗਾ ਉਹਨੂੰ ਯਮੁਨਾ ਰਿਵਰ ਟੱਚ ਕਰਕੇ ਨਿਕਲਦੀ ਸੀ ਦੀਵਾਰ ਨੂੰ ਅਤੇ ਉਹ ਜਿਹੜੇ ਕਮਰੇ ਨੇ ਉਹ ਗਰਮੀਆਂ 'ਚ ਤਾਂ ਠੰਡੇ ਹੋ ਜਾਂਦੇ ਸੀ ਉਹ ਸਰਦੀਆਂ 'ਚ ਗਰਮ ਹੋ ਜਾਂਦੇ ਸੀ ਆਟੋਮੈਟਿਕ ਉਹ ਵਿਦ ਦੈਟ ਵਾਟਰ ਇਫੈਕਟ ਫਿਰ ਉਹਦੇ ਨਾਮ ਮੁਗਲਿਸਗੜ੍ਹ ਦੇ
ਨਾ ਉੱਥੇ 40-45 ਕਿੱਲੇ ਜ਼ਮੀਨ ਵੀ ਹੈ। ਹੁਣ ਇਹ ਤਾਂ ਗੱਲ ਕਲੀਅਰ ਹੋ ਚੁੱਕੀ ਸੀ ਕਿ ਇੱਥੇ ਜ਼ਮੀਨ ਹੈ, ਉੱਥੇ ਇੱਕ ਮਰਲਾ ਵੀ ਨਹੀਂ। ਲੋਹਗੜ੍ਹ ਅਤੇ ਮੁਕਲਿਸਗੜ੍ਹ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ, ਔਰ ਲੇਕਿਨ ਇਤਿਹਾਸਕਾਰਾਂ ਨੇ ਸਾਨੂੰ ਇੱਕੋ ਹੀ ਸ਼ੋਅ ਕਰਤਾ। ਇਸ ਤੋਂ ਇਲਾਵਾ ਗੱਲ ਇੱਥੇ ਖਤਮ ਨਹੀਂ ਹੋਈ, ਆਪਾਂ ਰਿਸਰਚ ਜਦੋਂ ਕਰ ਰਹੇ ਸੀਗੇ, ਇਸ ਮੁਕਲਿਸਗੜ੍ਹ ਦਾ ਜ਼ਿਕਰ ਆਉਂਦਾ ਹੈ ਆਪਣਾ ਇੰਪੀਰੀਅਲ ਗਜ਼ਟੀਅਰ ਸਹਾਰਨਪੁਰ ਦੇ ਵਿੱਚ ਜੀ। ਉਹਦੇ ਵਿੱਚ ਇਹ ਕਹਿੰਦੇ ਨੇ ਵੀ ਅਲੀ ਮਾਰਕੰਡ ਖਾਨ ਨੇ ਇਹ ਮਤਲਬ ਸ਼ਾਹਜਹਾਂ ਦੇ ਰਜ਼ੀਮ ਦੇ ਵਿੱਚ ਇਹਦੀ ਕੰਸਟਰਕਸ਼ਨ ਕੀਤੀ। ਜਿਹਨੂੰ ਕਿਤੇ ਕਿਤੇ ਮੁਗਲ ਜਿਹੜਾ ਹਿਸਟੋਰੀਕਲ ਫੈਕਟ ਹੈ ਉਹਦੇ 'ਚ ਕਿਤੇ ਨਾ ਕਿਤੇ ਮੁਗਲਸਗੜ੍ਹ ਦਾ ਅਹਿਮ ਸਥਾਨ ਵੀ ਆ ਰਿਹਾ। ਰੰਗ ਮਹਿਲ ਜੀ, ਰੰਗ ਮਹਿਲ ਦੇ ਤੌਰ 'ਤੇ ਆ ਰਿਹਾ ਬਸ। ਉਹ ਕੋਈ ਡਿਫੈਂਸ ਫੋਰਟ ਨਹੀਂ ਹੈ ਜੀ, ਉਹ ਮੁਗਲਾਂ ਦੀ ਐਸ਼ੀ ਕਰਨ ਦਾ ਅੱਡਾ। ਉੱਥੇ ਜੇ ਲੱਖਾਂ ਦੀ ਫੌਜ ਆਏਗੀ, ਲੇਕਿਨ ਲੋਹਗੜ੍ਹ ਦੇ ਬੁਰਾ ਮੁਕਾਬਲੇ ਸੇ ਨਹੀਂ ਕਹਿ ਸਕਦੇ ਮੁਗਲ ਸਰ ਸਟੈਬਲਿਸ਼ ਕੀਤਾ ਗਿਆ। ਗੱਲ ਇਹ ਹੈ ਕਿ ਜੇ ਬਹੁਤ ਲੱਖਾਂ ਦੀ ਫੌਜ ਆਏਗੀ ਤੇ ਅਯਾਸ਼ੀ ਦੇ ਅੱਡੇ ਤੋਂ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਪਰੰਤੂ ਕੀ ਕਾਰਨ ਹੈ ਸਾਡੇ ਜਿਹੜੇ ਸਿੱਖ ਸੋਰਸਿਸ ਨੇ ਜਾਂ ਸਾਡੇ ਜਿਹੜੇ ਪਰਸ਼ੀਅਨ ਸੋਰਸ ਨੇ, ਚਲੋ ਆਪਾਂ ਪਰਸ਼ੀਅਨ ਸੋਰਸ ਦੀ ਗੱਲ ਨਹੀਂ ਕਰਦੇ, ਅਸੀਂ ਆਪਾਂ ਸਿੱਖ ਸੋਰਸਿਸ ਦੀ ਗੱਲ ਕਰਦੇ, ਸਿੱਖ ਐਵੀਡੈਂਸ ਦੀ ਗੱਲ ਕਰਦੇ ਹਾਂ, ਉੱਥੇ ਮੁਕਲਸਗੜ੍ਹ ਨੂੰ ਬਿਲਕੁਲ ਲੋਹਗੜ੍ਹ ਦੇ ਬਰਾਬਰ ਕ੍ਰੀਏਟ ਕੀਤਾ ਗਿਆ। ਸਰ ਮੈਨੂੰ ਇੱਦਾਂ ਲੱਗਦਾ ਹੈ ਕਿ ਕਿਸੇ ਇਤਿਹਾਸਕਾਰ ਨੇ ਇੱਥੇ ਆਉਣ ਦੀ ਜ਼ਹਿਮਤ ਹੀ ਨਹੀਂ ਕੀਤੀ, ਔਰ ਜੇ ਆਏ ਨੇ ਤੇ ਆਪਣਾ ਉੱਥੇ ਰੁਕੇ ਘੰਟਾ ਦੋ ਘੰਟਾ ਔਰ ਆਪਣਾ ਵਾਪਸ ਮੁੜ ਗਏ, ਔਰ ਮੁੜਨ ਤੋਂ ਬਾਅਦ ਉਹ ਇਸਟੈਬਲਿਸ਼ ਹੀ ਨਹੀਂ ਕਰ ਸਕੇ ਕਿ ਲੋਹਗੜ੍ਹ ਮੁਕਲਿਸਗੜ੍ਹ ਕਿੱਥੇ ਆ। ਉਹ ਮੈਨ ਮਤਲਬ ਉਹ ਪਰਮਾਤਮਾ ਦੀ ਮਰਜ਼ੀ ਲਾ ਲਓ ਜਾਂ ਮੇਰੀ ਖੁਸ਼ਕਿਸਮਤੀ ਲਾ ਲਓ ਕਿ ਮੇਰੀ ਉੱਥੇ ਪੋਸਟਿੰਗ ਸੀਗੀ, ਆਈ ਹੈਡ ਐਂਪਲ ਅਮਾਊਂਟ ਆਫ ਟਾਈਮ, ਔਰ ਉਹ ਸਾਰਾ ਮੇਰਾ ਏਰੀਆ ਪੈਂਦਾ ਸੀਗਾ, ਇਸ ਕਰਕੇ ਮੈਨੂੰ ਉੱਥੇ ਕੰਮ ਕਰਨ ਦਾ ਮੌਕਾ ਮਿਲ ਗਿਆ। 2 ਸਾਲ ਤੋਂ ਮੈਂ ਉੱਥੇ ਇੱਕ ਇੱਕ ਗੱਲ ਤਾਰ ਤਾਰ ਕਰ ਲਈ ਵੀ ਕਿੱਥੇ ਆ, ਔਰ ਚਾਹੇ ਮੈਂ 10 ਵਾਰ ਵੀ ਜਾਵਾਂ, ਰਾਤ ਨੂੰ ਆਵਾਂ, ਦਿਨ ਨੂੰ ਆਵਾਂ, ਮੈਨੂੰ ਕੋਈ ਪ੍ਰੋਬਲਮ ਨਹੀਂ, ਕਿਉਂ ਮਾਈ ਰੈਜ਼ੀਡੈਂਸ ਇਜ਼ ਆਲਸੋ ਨੀਅਰ ਬਾਏ। ਬਿਲਕੁਲ, ਅਤੇ ਮੈਂ ਅੱਛਾ ਰਿਸੋਰਸ ਸੀਗੇ ਉਹ ਆਪਣਾ ਐਕਸਪਲੋਰ ਹੋ ਗਈ। ਮੈਂ ਤੁਹਾਡੇ ਵੱਲ ਆਵਾਂਗਾ ਗਗਨਦੀਪ ਸਿੰਘ ਜੀ, ਮੈਂ ਜਰਨੈਲ ਸਿੰਘ ਨੂੰ ਪੁੱਛਣਾ ਚਾਹਾਂਗਾ, ਤੁਸੀਂ ਬਕਾਇਦਾ ਸਿੱਖ ਚਿੰਤਕ ਹੋ, ਗੁਰਬਾਣੀ ਦੇ ਇਤਿਹਾਸ ਨੂੰ ਤੁਸੀਂ ਗੋਹ ਨਾਲ ਵਾਚੇ ਹੈ, ਕਿਤੇ ਗੁਰਬਾਣੀ ਵਿੱਚ ਲੋਹਗੜ੍ਹ ਅਤੇ ਮੁਕਲਸਗੜ੍ਹ ਬਾਰੇ ਵੀ ਕਿਤੇ ਜ਼ਿਕਰ ਹੈ, ਕਿਤੇ ਤੁਹਾਨੂੰ ਕੋਈ ਇਹੋ ਜਿਹੇ ਤੱਤ ਕੋਈ ਇਹੋ ਜਿਹੇ ਪ੍ਰਮਾਣ ਮਿਲਦੇ ਨੇ? ਲੋਹਗੜ੍ਹ ਔਰ ਮੁਕਲਿਸਗੜ੍ਹ ਦੇ ਬਾਰੇ ਕੋਈ ਗੁਰਬਾਣੀ 'ਚ ਐਸਾ ਜ਼ਿਕਰ ਨਹੀਂ ਹੈ, ਪਰ ਗੁਰੂ ਨਾਨਕ ਸਾਹਿਬ ਜੀ ਦਾ ਜੋ ਫਲਸਫਾ ਸੀਗਾ ਸ਼ੁਰੂ ਤੋਂ ਹੀ, ਕਿਉਂਕਿ ਮਾਨਵਤਾ ਦੇ ਭਲੇ ਵਾਸਤੇ ਜੋ ਇੱਕ ਰਾਜੇ ਦੀ ਡਿਊਟੀ ਹੁੰਦੀ ਹੈ, ਯਾਨੀ ਸਮਾਜ ਅਤੇ ਧਰਮ, ਰਾਜ ਅਤੇ ਧਰਮ ਦੋਨਾਂ ਨੂੰ ਇਕੁਐਲਿਟੀ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਦਾ ਜੋ ਮਿਸ਼ਨ ਹੈ ਗੁਰਬਾਣੀ ਦਾ, ਉਹ ਰਾਜਿਆਂ ਨੂੰ ਸੰਬੋਧਨ ਕਰਦਾ। ਬਿਲਕੁਲ, ਰਾਜੇ ਸੀ ਮੁਕੱਦਮ ਕੁੱਤੇ, ਬਿਲਕੁਲ ਸਾਹਿਬ ਜੀ ਬੋਲਦੇ ਨੇ, ਤੇ ਉਹਨਾਂ ਦੇ ਜਹਿਨ ਦੇ ਵਿੱਚ ਜ਼ਰੂਰ ਸੰਕਲਪ ਹੁੰਦਾ ਹੈ ਕਿ ਰਾਜ ਕਿਹੋ ਜਿਹਾ ਹੋਣਾ ਚਾਹੀਦਾ, ਸਮਾਜ ਦੀ ਤਰੱਕੀ ਇੱਕ ਚੰਗੇ ਨੇਕ ਰਾਜਾ ਹੋਣ ਤੇ ਕਿਸ ਤਰ੍ਹਾਂ ਵਧੀਆ ਹੋ ਸਕਦੀ ਹੈ, ਵਧੀਆ ਰਾਜ ਪ੍ਰਬੰਧ ਕਿਸ ਤਰ੍ਹਾਂ ਦਾ ਚਾਹੀਦਾ। ਬਿਲਕੁਲ, ਤੇ ਪੀਰੀ ਤੇ ਮੀਰੀ ਦਾ ਕੰਸੈਪਟ ਗੁਰੂ ਨਾਨਕ ਸਾਹਿਬ ਜੀ ਦਾ ਜੀ, ਤਾਂ ਉਹਦੇ ਨਾਲ ਜਦੋਂ ਤੂੰ ਇੱਕ ਬਾਦਸ਼ਾਹੀ ਰੋਲ ਅਦਾ ਕਰਨਾ, ਰਾਜਨੀਤਿਕ ਰੋਲ ਅਦਾ ਕਰਨਾ, ਤੇ ਤੁਹਾਨੂੰ ਕਿਲ੍ਹਿਆਂ ਦੀ ਜ਼ਰੂਰਤ ਪਏਗੀ, ਤੇ ਕਿਲ੍ਹਾ ਵੀ ਲੋਹਗੜ੍ਹ ਵਰਗਾ ਹੋਣਾ ਚਾਹੀਦਾ, ਲੋਹਗੜ੍ਹ ਉਹ ਹੈ ਜਿਹਨੂੰ ਜਿੱਤਿਆ ਨਾ ਜਾ ਸਕੇ। ਤਾਂ ਗੁਰਬਾਣੀ ਦੇ ਵਿੱਚ ਰਾਜ ਪ੍ਰਬੰਧ ਬਾਰੇ ਵਾਰ ਵਾਰ ਜ਼ਿਕਰ ਹੈ, ਔਰ ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਜੀ ਦਾ ਜੋ ਜਿਹੜਾ ਟੀਚਾ ਸੀਗਾ, ਉਹਨਾਂ ਨੇ ਕਥਨੀ ਨੂੰ ਕਰਨੀ 'ਚ ਬਦਲਿਆ ਆਪਣੇ ਸਮੇਂ 'ਚ ਹੀ, ਉਹ ਆਪ ਵੀ ਆਪਣੇ ਹੱਥ 'ਚ ਆਸਾ ਰੱਖਦੇ ਸੀ। ਬਿਲਕੁਲ, ਅਸੀਂ ਆਸਾ ਹੱਥ ਕਿਤਾਬ ਕੱਛ ਦਾ, ਆਸਾ ਇੱਕ ਐਸਾ ਸ਼ਸਤਰ ਸੀ ਕਿ ਮਾੜਾ ਬੰਦਾ ਤਾਂ ਉਹਨੂੰ ਫੜ ਵੀ ਨਹੀਂ ਸੀ ਸਕਦਾ, ਬੜਾ ਸ਼ੂਰਵੀਰ ਯੋਧਾ ਚਾਹੀਦਾ। ਤੇ ਇਸ ਵਜ੍ਹਾ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਪੀਰੀ ਤੇ ਮੀਰੀ। ਜਿਹੜੀ ਜੇਕਰ ਆਪਾਂ ਗੁਰਬਾਣੀ ਤੋਂ ਥੋੜ੍ਹਾ ਜਿਹਾ ਹਟ ਕੇ ਗੁਰ ਇਤਿਹਾਸ ਦੀ ਗੱਲ ਕਰੀਏ, ਨੋਟ ਸਿੱਖ ਇਤਿਹਾਸ, ਕਿਉਂਕਿ ਇਹਨਾਂ ਨੇ ਗੱਲ ਕੀਤੀ ਸਾਡੇ ਇਤਿਹਾਸਕਾਰ ਕਿਤੇ ਨਾ ਕਿਤੇ ਅਵੇਸਲ ਰਹਿ ਚੁੱਕੇ ਨੇ, ਜੇਕਰ ਅਸੀਂ ਗੁਰ ਇਤਿਹਾਸ ਦੀ ਗੱਲ ਕਰੀਏ, ਗੁਰ ਇਤਿਹਾਸ ਸਾਨੂੰ ਕਿਤੇ ਨਾ ਕਿਤੇ ਇਹਨਾਂ ਸਥਾਨਾਂ ਦਾ ਜ਼ਿਕਰ ਮਿਲਦਾ? ਗੁਰੂ ਇਤਿਹਾਸ ਵਿੱਚ ਗੁਰਮਤ ਅਤੇ ਕਨਸੈਪਟ, ਕਿਉਂਕਿ ਗੁਰੂ ਸਾਹਿਬ ਜੀ ਨੇ ਜਦੋਂ ਇਹਦਾ, ਅਸੀਂ ਗੁਰੂ ਇਤਿਹਾਸ ਦੀ ਗੱਲ ਕਰੀਏ ਨਾ, ਮੈਂ ਦਿੰਦਾ ਇਹਦਾ ਆਂਸਰ। ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ ਕਿ ਲੋਹਗੜ੍ਹ ਤਾਂ ਇਸਟੈਬਲਿਸ਼ ਕੀਤਾ ਫਸਟ ਗੁਰੂ ਹਰਗੋਬਿੰਦ ਸਿੰਘ, ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਬਿਲਕੁਲ, ਠੀਕ ਹੈ ਜੀ। ਔਰ ਬਾਬਾ ਬੰਦਾ ਸਿੰਘ ਬਹਾਦਰ ਸਿੱਕੇ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਾਮ ਲਿਖਦੇ ਨੇ, ਔਰ ਗੁਰੂ ਨਾਨਕ ਵਾਹਿਆ ਸੀ, ਯਾਨੀ ਕਿ ਤਲਵਾਰ, ਗੁਰੂ ਨਾਨਕ ਦੀ ਤਲਵਾਰ ਨਾਲ ਮੈਂ ਫਤਿਹ ਹਾਸਲ ਕੀਤੀ ਹੈ। ਔਰ ਗੁਰੂ ਨਾਨਕ ਸਾਹਿਬ ਦਾ ਇਸ ਏਰੀਆ ਦੇ ਵਿੱਚ ਗੁਰਦੁਆਰਾ ਸਾਹਿਬ ਹੋਣਾ, ਇਹ ਗੱਲ ਦਾ ਕੁਛ ਪ੍ਰਮਾਣ ਇਸ਼ਾਰੇ ਹੁੰਦੇ ਨੇ ਕਿ ਇਹ ਜੋ ਮਿਸ਼ਨ ਹੈ ਗੁਰੂ ਨਾਨਕ ਸਾਹਿਬ ਦਾ ਹੀ ਸੀ ਅਲਟੀਮੇਟਲੀ। ਔਰ ਫਿਰ ਉਹ ਜੋ ਮਿਸ਼ਨ ਹੈ, ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਵੀ ਜਿਹੜੀ ਹਿਸਟਰੀ ਹੈ ਉਹ ਗੁਰਮਤ ਤੋਂ ਹੀ ਚੱਲਦੀ ਹੈ ਜੀ, ਔਰ ਜਿਹੜੀ ਗੁਰਮਤ ਦੀ ਕਸੌਟੀ ਦੀ ਹਿਸਟਰੀ ਖਰੀ ਉਤਰੇ ਉਹ ਹਿਸਟਰੀ ਸਾਡੀ ਸਿੱਖੀ ਦੀ ਸੱਚ ਹੈ। ਸਰ ਬਿਲਕੁਲ ਜੀ, ਸੱਚ ਹਿਸਟਰੀ ਹੈ। ਇਸ ਤੋਂ ਇਲਾਵਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਜੋ ਗੁਰਮਤ ਦੇ ਵਿੱਚ ਸਿਧਾਂਤਿਕ ਤੌਰ 'ਤੇ
ਜੋ ਸਮਾਜ ਵਾਸਤੇ ਗੁਰਬਾਣੀ ਦੇ ਵਿੱਚ ਉਪਦੇਸ਼ ਕੀਤਾ ਹੈ ਉਹਨੂੰ ਕਥਨੀ ਨੂੰ ਕਰਨੀ ਚ ਬਦਲਿਆ, ਆਪਣੇ ਸਮੇਂ ਚ ਬਦਲਿਆ, ਪ੍ਰੋਪਰ ਬਦਲਿਆ। ਔਰ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਵੇਂ ਸ਼ਹਿਰ ਵਸਾਣੇ, ਗੁਰੂ ਨਾਨਕ ਸਾਹਿਬ ਜੀ ਦਾ ਕਨਸੈਪਟ ਹੈ, ਔਰ ਸ਼ਹਿਰਾਂ ਨੂੰ ਸੱਚ ਦੇ ਆਧਾਰ ਉੱਤੇ ਵਸਾਉਣਾ, ਬੇਗਮਪੁਰਾ ਸ਼ਹਿਰ ਕੋਲੋਂ ਗੁਰੂ ਗ੍ਰੰਥ ਦੀ। ਠੀਕ ਹੈ ਜੀ, ਬਿਲਕੁਲ। ਗੁਰੂ ਸਾਹਿਬ ਜੀ ਨੇ ਜਿੱਥੇ ਵੀ ਸ਼ਹਿਰ ਵਸਾਏ, ਪਹਿਲੇ ਪਾਤਸ਼ਾਹ ਨੇ ਸ਼ਹਿਰ ਵਸਾਏ, ਦੂਸਰੇ ਪਾਤਸ਼ਾਹ ਨੇ ਸ਼ਹਿਰ ਵਸਾਏ, ਉਹ ਸ਼ਹਿਰ ਵਸਾਉਣ ਦਾ ਇੱਕ ਟੀਚਾ ਕੀ ਸੀ ਕਿ ਉਹਨਾਂ ਦਾ ਸਿਧਾਂਤ ਪੀਰੀ ਅਤੇ ਮੀਰੀ ਵਾਲਾ ਸੀਗਾ, ਉਹ ਇਸ ਕੰਸੈਪਟ ਨੂੰ ਲੈ ਕੇ ਇੱਕ ਦੁਨੀਆ ਨੂੰ ਨਵੇਕਲਾ ਜਿਹੜਾ ਰੂਪ ਦਿਖਾ ਕੇ ਅਤੇ ਪੂਰੇ ਬ੍ਰਹਿਮੰਡ ਦੇ ਵਿੱਚ ਇਹ ਸੱਚਾਈ ਵਾਲਾ ਰਾਜ ਕਾਇਮ ਕਰਨਾ ਚਾਹੁੰਦੇ ਸੀ। ਜਿੰਨਾ ਸਿੰਘ 1469 ਤੋਂ ਲੈ ਕੇ 1708 ਤੱਕ 10 ਗੁਰੂ ਸਾਹਿਬਾਨਾਂ ਨੇ ਆਪੋ ਆਪਣੇ ਸਮੇਂ ਦੇ ਵਿੱਚ ਬੜੇ ਵੱਡੇ ਕਾਰਜ ਵੀ ਕੀਤੇ ਨੇ ਸਮਾਜਿਕ ਪੱਧਰ ਦੇ ਵਿੱਚ। ਤੁਸੀਂ ਸ਼ਹਿਰਾਂ ਦੀ ਗੱਲ ਕੀਤੀ ਹੈ, ਕਿਲੇ ਵੀ ਸਥਾਪਿਤ ਕੀਤੇ ਗਏ ਨੇ, ਮੇਰੀ ਪੀਰੀ ਦਾ ਵੀ ਕੰਸੈਪਟ ਆਇਆ, ਸੰਗਤ ਦਾ ਪੰਗਤ ਦਾ ਬਹੁਤ ਕੰਸੈਪਟ ਆਇਆ, ਪਰੰਤੂ ਕੀ ਕਾਰਨ ਹੈ? ਇੱਕ ਸਾਡੇ ਕੋਲ ਚੀਜ਼ ਅਸਟੈਬਲਿਸ਼ ਹੋ ਰਹੀ ਹੈ, ਮੈਂ ਲੋਹਗੜ ਵੱਲ ਫਿਰ ਆ ਰਿਹਾ, ਲੋਹਗੜ ਹੈ, ਲੋਹਗੜ ਬਾਰੇ ਪਤਾ ਲੱਗ ਗਿਆ ਕੀ ਕਾਰਨ ਕੰਮ ਹੈ ਲੋਹਗੜ ਦਾ, ਕਿਉਂ ਕਿਲ੍ਹਾ ਬਣਾਇਆ ਗਿਆ, ਉਹ ਕਿਉਂ ਸਿਨੇਮਾ ਰੱਖੀਆਂ ਗਈਆਂ, ਪਰੰਤੂ ਦੂਜੇ ਪਾਸੇ ਲੋਹਗੜ ਦੇ ਬਰਾਬਰ ਜਾਂ ਸਾਡੇ ਇਤਿਹਾਸਕ ਸਰੋਤ ਕਹਿ ਲਓ, ਕਿਉਂਕਿ ਅਸੀਂ ਇਤਿਹਾਸਕ ਸਰੋਤ ਨੂੰ ਆਧਾਰ ਬਣਨਾ ਹੈ। ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਗੁਰਬਾਣੀ ਅਨੁਸਾਰ ਮੁਕਲਸਗੜ ਕੋਈ ਇਹੋ ਜਿਹੀ ਸਥਾਨ ਨਹੀਂ ਸਿੱਖ ਪੰਥ ਵਿੱਚ, ਪਰੰਤੂ ਫਿਰ ਵੀ ਕੀ ਕਾਰਨ ਹੈ? ਸਾਡੀਆਂ ਸਰਵੋਰ ਜਥੇਬੰਦੀਆਂ, ਸਾਡੇ ਪੰਥ ਦੇ ਮਹਾਨ ਇਤਿਹਾਸਕਾਰ ਲੋਹਗੜ ਦੇ ਬਰਾਬਰ ਹੈ ਮੁਕਲਸਗੜ ਦਾ ਉਤੇਜਿਤ ਕੀਤਾ ਜਾ ਰਿਹਾ, ਹਾਲਾਂਕਿ ਲੋਕਾਂ ਨੂੰ ਇੰਨਾ ਨਹੀਂ ਪ੍ਰਚਾਰਿਆ ਜਾ ਰਿਹਾ। ਦੇਖੋ, ਐਸਾ ਹੈ ਕਿ ਜਿਹੜੀ ਸਾਡੀ ਸਰਵੋਰ ਸੰਸਥਾ SGPC ਕੰਟੀਨਿਊਸਲੀ, ਉਹਨਾਂ ਨੂੰ ਪਤਾ ਹੈ ਕਿ 2 ਸਾਲ ਤੋਂ ਇੱਥੇ ਰਿਸਰਚ ਚੱਲ ਰਹੀ ਹੈ ਔਰ ਐਡੀ ਵੱਡੀ ਮਤਲਬ ਸਿੱਖ ਵਿਰਾਸਤ ਦੀਆਂ ਚੀਜ਼ਾਂ ਇੱਥੇ ਮਿਲ ਰਹੀਆਂ ਨੇ। ਬਿਲਕੁਲ। ਅਤੇ ਉਹਨਾਂ ਦਾ ਫਰਜ਼ ਇਹ ਬਣਦਾ ਸੀਗਾ ਕਿ ਚਾਹੇ ਸਾਡੀ ਗੱਲ ਉਹਨਾਂ ਨੂੰ ਸੱਚ ਲੱਗ ਰਹੀ ਸੀ ਜਾਂ ਝੂਠ ਲੱਗ ਰਹੀ ਸੀਗੀ, ਪਰ ਇਹਨਾਂ ਫੈਕਟਸ ਨੂੰ ਵੈਰੀਫਾਈ ਕਰਨ ਵਾਸਤੇ ਉਹਨਾਂ ਨੂੰ ਆਪਣਾ ਬਜਟ ਅਲੋਟਮੈਂਟ ਕਰਕੇ ਔਰ ਇੱਕ ਟੀਮ ਕੋਨਸਟੀਟਿਊਟ, ਚਾਹੇ ਉਹ 'ਚ ਆਰਕਿਓਲੋਜਿਸਟ ਹੁੰਦੇ, ਚਾਹੇ ਰਿਸਰਚਰਸ ਹਿਸਟੋਰੀਕਲ ਰਿਸਰਚਰਸ ਹੁੰਦੇ, ਇਸ ਫੈਕਟਸ ਨੂੰ ਵੈਰੀਫਾਈ ਕਰਦੇ, ਡਿਬੇਟਸ ਰੱਖਦੇ, ਔਰ ਜੇ ਸਾਡੀ ਗੱਲ ਸੱਚੀ ਹੈ ਤਾਂ ਉਹਨੂੰ ਮਾਨਤਾ ਦੇ ਕੇ ਸਿੱਖ ਜਗ੍ਹਾ ਅੱਗੇ ਰੱਖਦੇ। ਹੁਣ ਗੱਲ ਇਹ ਹੈ ਕਿ ਸ਼ਾਇਦ ਮੈਨੂੰ ਲੱਗਦਾ ਉਹ ਉਹਨਾਂ ਦਾ ਟੀਚਾ ਜਾਂ ਓਬਜੈਕਟਿਵ ਹੀ ਨਹੀਂ ਹੈ। ਹਾਂ, ਉਹ ਉਹਨਾਂ ਦਾ ਟੀਚਾ ਜਾਂ ਓਬਜੈਕਟਿਵ ਹੀ ਨਹੀਂ ਹੈ, ਕਿਉਂਕਿ ਧਰਮ ਦੇ ਉੱਪਰ ਰਾਜਨੀਤੀ ਹੈਵੀ ਹੋ ਚੁੱਕੀ ਹੈ ਔਰ ਇਹ ਜੋ ਕੰਮ ਅਸੀਂ ਕਰ ਰਹੇ ਹਾਂ ਨਿਰੋਲ ਧਰਮ ਦਾ ਕੰਮ ਹੈ, ਇਹ 'ਚ ਕੋਈ ਰਾਜਨੀਤੀ ਨਹੀਂ ਹੈ। ਮੈਂ ਇੱਕ ਤੁਹਾਨੂੰ ਹੋਰ ਸਵਾਲ ਪੁੱਛਾਂਗਾ, ਤੁਸੀਂ ਗੱਲ ਕੀਤੀ ਧਰਮ ਅਤੇ ਰਾਜਨੀਤੀ ਦੀ, ਕਿਉਂਕਿ ਤੁਹਾਡੇ ਵੱਲੋਂ ਜਿਹੜਾ ਇਹ ਟਰੱਸਟ ਤਿਆਰ ਕੀਤਾ ਗਿਆ ਲੋਹਗੜ ਟਰੱਸਟ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੈਪੀਟਲ ਤਿਆਰ ਕੀਤੀ ਗਈ, ਤੁਸੀਂ ਸਮਰਪਿਤ ਹੋ, ਤੁਹਾਡੀ ਪੂਰੀ ਟੀਮ ਸਮਰਪਿਤ ਹੈ। ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ, ਮਰਜ਼ੀ ਜਿਹੜੇ ਯੋਧੇ ਕਿਸੇ ਕੌਮ ਦੇ ਨਹੀਂ ਹੁੰਦੇ, ਪੂਰੀ ਮਾਨਤਾ ਬਿਲਕੁਲ ਇਹ ਸਥਾਨ ਕਿਸੇ ਕੌਮ ਦੇ ਨਹੀਂ, ਕਿਸੇ ਇੱਕ ਵਿਅਕਤੀ ਇਹ ਸਾਰੀ ਮਾਨਤਾ ਸਥਾਨ ਨੇ। ਤੁਸੀਂ ਲੋਹਗੜ ਬਾਬਾ ਬੰਦਾ ਸਿੰਘ ਬਹਾਦਰ ਦੀ ਕੈਪੀਟਲ ਅਸਟੈਬਲਿਸ਼ ਕਰਕੇ ਮਾਨਤਾ ਸਾਨੂੰ ਪੇਸ਼ ਕਰ ਦਿੱਤੀ, ਤੁਹਾਡਾ ਆਪਣਾ ਵਿੱਚ ਕੋਈ ਰੋਲ ਨਹੀਂ, ਤੁਹਾਡੇ ਤੋਂ ਗੁਰੂ ਸਾਹਿਬ ਨੇ ਸੇਵਾ ਲਈ ਤੁਸੀਂ ਸੇਵਾ ਕਰ ਰਹੇ ਹੋ, ਪਰਮਾਤਮਾ ਤੁਹਾਨੂੰ ਹੋਰ ਤੰਦਰੁਸਤੀ ਬਖਸ਼ੇ, ਪਰੰਤੂ ਇੱਕ ਚੈਲੰਜ ਕਬੂਲ ਕਰਨਾ ਪੈ ਰਿਹਾ ਤੁਹਾਨੂੰ ਜੀ। ਲੋਹਗੜ ਦੇ ਬਰਾਬਰ ਦੂਜਾ ਸਥਾਨ ਇਤਿਹਾਸਕਾਰ ਬੋਲਦੇ ਨੇ, ਇਤਿਹਾਸਕਾਰ ਕਹਿ ਰਹੇ ਨੇ, ਆਉਣ ਵਾਲੀ ਪਨੀਰੀ ਨੂੰ ਤੁਸੀਂ ਕਿਵੇਂ ਸਾਬਤ ਕਰੋਗੇ, ਕਿਵੇਂ ਉਹਨਾਂ ਨੂੰ ਰਿਲਾਈਜ਼ ਕਰਾਓਗੇ ਕਿ ਲੋਹਗੜ ਇਸ ਆਲਰੇਡੀ ਸਟੈਬਲਿਸ਼ ਸਥਾਨ, ਪਰੰਤੂ ਮੁਕਲਸਗੜ ਕ੍ਰੀਏਟ ਕੀਤਾ ਗਿਆ ਸਥਾਨ? ਦੇਖੋ, ਮੈਂ ਤੁਹਾਨੂੰ ਇੱਕ ਬੜਾ ਕਿਉਂਕਿ ਬੜਾ ਵੱਡਾ ਚੈਲੇਂਜ ਹੈ ਤੁਹਾਡੇ ਸਾਹਮਣੇ। ਮੈਂ ਤੁਹਾਨੂੰ ਇੱਕ ਬੜੀ ਸਿੰਪਲ ਜੀ ਗੱਲ ਦੱਸਦਾ, ਇੱਕ ਬੜੇ ਬਹੁਤ ਵੱਡਾ ਸਵਾਲ ਪੁੱਛ ਰਹੇ ਹੋ ਲੇਕਿਨ ਆਨਸਰ ਬੜਾ ਛੋਟਾ ਜਿਹਾ। ਇੱਕ ਸਿੱਖ ਪਰਸਨੈਲਿਟੀ ਦੇ ਜਾਂ ਸਿੱਖ ਜੈਂਟਲਮੈਨ ਦੇ ਮਨ 'ਚ ਸਵਾਲ ਪੈਦਾ ਹੋਇਆ ਕਿ ਮੈਂ ਪਤਾ ਕਰਕੇ ਆਵਾਂ ਵੀ ਲੋਹਗੜ ਕਿੱਥੇ ਆ, ਮੁਕਲਿਸਗੜ ਕਿੱਥੇ, ਜੋ ਰੌਲਾ ਪੈ ਗਿਆ। ਬਿਲਕੁਲ। ਅਤੇ ਉਹ ਸਭ ਤੋਂ ਪਹਿਲੇ ਪਿੰਡ 'ਚ ਗਏ, ਭਗਵਾਨਪੁਰ ਪਿੰਡ ਪੈਂਦਾ ਜਿੱਥੇ ਮਤਲਬ ਉਤੋਂ ਅਗਲਾ ਲੋਹਗੜ ਪਿੰਡ ਪੈਂਦਾ। ਉਹ ਕਹਿੰਦੇ ਜੀ ਮੁਕਲਿਸਗੜ ਕਿੱਥੇ ਹੈ? ਸਾਰੇ ਪਿੰਡ 'ਚੋਂ ਨੇ ਪੁੱਛਿਆ, ਕਹਿੰਦੇ ਅਸੀਂ ਅੱਜ ਤੱਕ ਸੁਣਿਆ ਨਹੀਂ ਮੁਕਲਿਸਗੜ ਕਿੱਥੇ। ਫਿਰ ਜੋ ਅਸੀਂ ਰਿਸਰਚ ਕੀਤੀ ਸੀ ਉਹ ਫਿਰ ਫੈਜ਼ਾਬਾਦ ਗਏ ਅਤੇ ਉਹਨੇ ਕਹਾ ਜੀ ਉੱਥੇ ਹੈਗਾ ਮੁਕਲਿਸਗੜ, ਜਿਹਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ, ਜਿਹਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ। ਦੂਜੀ ਗੱਲ ਕੀ ਹੈ ਕਿ ਕਿਸੇ ਦੀ ਬਣਾਈ ਹੋਈ ਜਗ੍ਹਾ ਦੇ ਉੱਪਰ ਕਬਜ਼ਾ ਕਰਕੇ ਔਰ ਉਹਨੂੰ ਖਾਲਸਾ ਰਾਜਧਾਨੀ ਬਣਾਉਣ ਦਾ ਵੀ ਸਿੱਖੀ ਦਾ ਕੋਈ ਕੰਸੈਪਟ ਨਹੀਂ। ਕੀ ਬਾਤ ਹੈ, ਬਹੁਤ ਖੂਬ। ਨਾਲੇ ਸਿੱਖ ਸਿਧਾਂਤ ਨੂੰ ਡੈਮੇਜ ਕਰਨਾ ਹੈ ਔਰ ਸਿੱਖੀ ਨੂੰ ਛੋਟਾ ਕਰਨ ਵਾਸਤੇ ਇਹ ਪਲਾਨ ਤਿਆਰ ਕੀਤੀ ਗਈ ਹੈ। ਗੁਰੂ ਸਾਹਿਬਾਨਾਂ ਨੇ ਤਾਂ ਕਿਸ ਆਪਣੇ ਸਥਾਨਾਂ ਨੂੰ ਮਾਨਵਤਾ ਵਾਸਤੇ ਸਮਰਪਿਤ ਕਰਤਾ, ਉਹ ਦੂਸਰੇ ਦੇ ਸਥਾਨ ਨੂੰ ਛੋਟੀ ਜਿਹੀ ਨੂੰ ਜਗ੍ਹਾ ਨੂੰ ਕੈਪਚਰ ਕਰਕੇ ਸਿੱਖ ਰਾਜਧਾਨੀ ਬਣਾਉਣਾ, ਕੋਈ ਕੰਸੈਪਟ ਨਹੀਂ, ਇਹ ਸਿੱਖ ਸਿਧਾਂਤ ਨੂੰ ਸ਼ੋਭਾ ਦਿੰਦਾ। ਹਾਂਜੀ, ਔਰ ਦੂਸਰੀ ਗੱਲ ਕੀ ਹੈ ਕਿ ਰੰਗ ਮਹਿਲ ਬਣਾਉਣ ਵਾਸਤੇ ਮੈਂ ਆਪਣੇ ਮਾਨਯੋਗ SGPC ਨੂੰ ਦੱਸਣਾ ਚਾਹਾਂਗਾ, ਸਭ ਤੋਂ ਪਹਿਲੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਔਰ ਜਿੱਥੇ ਲੋਹਗੜ ਮੁਕਲਿਸਗੜ ਕਹਿੰਦੇ ਉੱਥੇ ਪਾਣੀ ਦੀ ਕੋਈ ਵਿਵਸਥਾ ਨਹੀਂ ਹੈ। ਜਿੱਥੇ ਰੰਗ ਮਹਿਲ ਉਹਨਾਂ ਦਾ ਬਣਿਆ ਉਹ ਯਮੁਨਾ ਕਿਨਾਰੇ ਸੀਗਾ, ਉੱਥੇ ਪਾਣੀ ਚਾਹੀਦਾ ਹੈ 24 ਘੰਟੇ, ਤਾਂ ਕਿ ਮਤਲਬ ਜਿਹੜਾ ਕੋਈ ਮਹਿਮਾਨ ਆ ਰਿਹਾ ਜਾਂ ਉਹਨਾਂ ਨੇ ਆਪਣਾ ਯੂਜ਼ ਕਰਨਾ ਉਹਨੂੰ ਪ੍ਰੋਪਰ ਕੀਤਾ ਜਾ ਸਕੇ। ਇਹਨਾਂ ਉੱਪਰ ਕੰਢਿਆਂ ਦੇ ਜੰਗਲ ਨੇ, ਚੜ੍ਹਨਾ ਔਖਾ ਉਹਦੇ ਉੱਪਰ,
ਉਹਨੂੰ ਇਹ ਰੰਗ ਮਿਲ ਦੱਸਦੇ ਨੇ ਜੋ ਕਿ ਇੱਕ ਫੋਰਟੀਫਾਈਡ ਵੈਸਟਰਨ ਹੈ ਮੋਰਚਾ ਹੈ ਮੋਰਚੇ ਨੂੰ ਰੰਗ ਮਹਿਲ ਅਤੇ ਜਨਾਬ ਦੂਸਰੀ ਗੱਲ ਇੱਕ ਹੋਰ ਹੈ ਜਦੋਂ ਸਰਕਾਰੀ ਬਿਲਡਿੰਗ ਬਣਦੀ ਹੈ ਨਾ ਜੀ ਹਿੰਦੁਸਤਾਨ ਦੇ ਵਿੱਚ ਚਾਹੇ ਹੁਣ ਬਣਦੀ ਹੈ ਅਤੇ ਚਾਹੇ ਆਪਣਾ ਮੁਗਲਾਂ ਟਾਈਮ ਬਣਦੀ ਉਹਦਾ ਇੱਕ ਸਾਈਡ ਪਲਾਨ ਹੈ ਜੇ ਤੁਸੀਂ ਰੰਗ ਮਹਿਲ ਦੇਖ ਲਓਗੇ ਨਾ ਹਿੰਦੁਸਤਾਨ ਦੇ ਵਿੱਚ ਪੂਰੇ ਆਪਣੇ ਉਹਨਾਂ ਦੇ ਸਟੈਂਡਰਡ ਡਿਜ਼ਾਇਨਸ ਨੇ ਚਾਹੇ ਉਹ ਦਿੱਲੀ ਦੇਖ ਲਓ ਚਾਹੇ ਮੁਖਲਿਸਗੜ੍ਹ ਦੇਖ ਲਓ ਅਤੇ ਚਾਹੇ ਕਿਤੇ ਹੋਰ ਦੇਖ ਲਓ ਜੀ ਅਤੇ ਉਹ ਸਾਡੇ ਲੋਗੋ ਨਾਲ ਮੈਚ ਨਹੀਂ ਕਰਦੇ ਅਤੇ ਮੇਰੀ ਇਹਨਾਂ ਮਾਨਯੋਗ ਸੰਸਥਾ ਦੇ ਅੱਗੇ ਸਾਡੀ ਸਿਰਮੌਟ ਸੰਸਥਾ ਅੱਗੇ ਬੇਨਤੀ ਹੈ ਕਿ ਰਿਸਰਚ ਕਰਨਗੇ ਅਤੇ ਇਹਨੂੰ ਕੰਸੈਪਟ ਵੀ ਕਲੀਅਰ ਹੁਣ ਪਿੱਛੇ ਇਹਨਾਂ ਨੇ ਜਦੋਂ ਨੀਂਹ ਪੱਥਰ ਰੱਖਿਆ ਅਤੇ ਇਹਨਾਂ ਨੇ ਲੋਹਗੜ੍ਹ ਮੁਖਲਿਸਗੜ੍ਹ ਕਰਕੇ ਨੀਂਹ ਪੱਥਰ ਰੱਖਿਆ ਅਤੇ ਅੱਜ ਤੱਕ ਸਾਨੂੰ ਇਹੀ ਨਹੀਂ ਕਲੀਅਰ ਹੋ ਰਿਹਾ ਕਿ ਗੁਰਦੁਆਰਾ ਸਾਹਿਬ ਜਾਂ ਰਿਵਾਈਵਲ ਲੋਹਗੜ੍ਹ ਦਾ ਕਰ ਰਿਹਾ ਕਿ ਮੁਖਲਿਸਗੜ੍ਹ ਦਾ ਕਰ ਰਿਹਾ ਬਿਲਕੁਲ ਤੁਹਾਡੀ ਗੱਲ ਸਹੀ ਗਗਨਦੀਪ ਸਿੰਘ ਸੱਚਮੁੱਚ ਗੁਰਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ ਕਿ ਤੁਸੀਂ ਇਸ ਵਡਮੁੱਲੇ ਕਾਰਜ ਨੂੰ ਮਾਣ ਤਾਂ ਸਾਨੂੰ ਪੇਸ਼ ਕਰ ਰਹੇ ਹੋ ਉੱਥੇ ਮੈਂ ਆਪਣੇ ਦਰਸ਼ਕਾਂ ਨੂੰ ਭਾਵੇਂ ਦੇਸ਼ 'ਚ ਬੈਠੇ ਨੇ ਭਾਵੇਂ ਵਿਦੇਸ਼ 'ਚ ਬੈਠੇ ਨੇ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹਾਂਗਾ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਜਾਂ ਇਤਿਹਾਸ ਨੂੰ ਸੁਣਦੇ ਹਾਂ ਸਾਡੇ ਕੋਲ ਕਸਵੱਟੀ ਕੇਵਲ ਅਤੇ ਕੇਵਲ ਕੁਰਬਾਣੀ ਹੈ ਕਸਵੱਟੀ ਸਾਡੇ ਕੋਲ ਗੁਰੂ ਸਿਧਾਂਤ ਹੈ ਗੁਰੂ ਸਿਧਾਂਤ ਕੀ ਕਹਿੰਦੇ ਨੇ ਜਿਵੇਂ ਸਾਡੇ ਜਰਨੈਲ ਸਿੰਘ ਬੜੀ ਸੋਹਣੀ ਗੱਲ ਆਖੀ ਹੈ ਸਿਧਾਂਤ ਕੁਝ ਕਹਿ ਰਹੇ ਨੇ ਜੇਕਰ ਸਿਧਾਂਤ ਦੇ ਅਨੁਸਾਰ ਸਥਾਨ ਕ੍ਰੀਏਟ ਕੀਤੇ ਜਾ ਰਹੇ ਨੇ ਤਾਂ ਮੁਬਾਰਕਬਾਦ ਜੇਕਰ ਸਿਧਾਂਤ ਕੁਝ ਕਹਿ ਰਹੇ ਨੇ ਅਤੇ ਸਥਾਨ ਕੁਝ ਬੋਲੀ ਬੋਲ ਰਹੇ ਨੇ ਉਹ ਸਥਾਨ ਕਦੇ ਵੀ ਗੁਰੂ ਨਾਨਕ ਦੇ ਘਰ ਨਾਲ ਸੰਬੰਧ ਨਹੀਂ ਰੱਖ ਸਕਦਾ ਮੁਬਾਰਕਬਾਦ ਰੰਗ ਮਹਿਲ ਬਣਾਇਆ ਜਿਸ ਧਰਮ ਦੇ ਖਿੱਤੇ ਦੇ ਲੋਕ ਸਨ ਉਹਨਾਂ ਨੇ ਬਣਾਇਆ ਮੁਬਾਰਕਬਾਦ ਉਹਨਾਂ ਨੂੰ ਪਰੰਤੂ ਲੋਹਗੜ੍ਹ ਅਤੇ ਮੁਗਲਸਗੜ੍ਹ ਇੱਕ ਵੱਖੋ ਵੱਖਰੇ ਸਥਾਨ ਨੇ ਜਿਹਦੀ ਖੋਜ ਜਿਹਦੇ ਅੱਜ ਐਵੀਡੈਂਸ ਸਾਡੇ ਸਾਹਮਣੇ ਸਰਦਾਰ ਗਗਨਦੀਪ ਸਿੰਘ ਨੇ ਕੀਤੇ ਨੇ ਬਕਾਇਦਾ ਜੇਕਰ ਕਿਸੇ ਨੂੰ ਇੱਕ ਸ਼ੱਕ ਹੋਵੇ ਤਾਂ ਅਸੀਂ ਉਸ ਲੋਹਗੜ੍ਹ ਦੀ ਪਾਵਨ ਪਵਿੱਤਰ ਧਰਤੀ 'ਤੇ ਪਹੁੰਚ ਕਰ ਸਕਦੇ ਹਾਂ ਅਤੇ ਮੁਗਲਸਗੜ੍ਹ 'ਤੇ ਪਹੁੰਚ ਕਰ ਸਕਦੇ ਹਾਂ ਕਿਵੇਂ ਦੋਨੇ ਸਿਧਾਂਤ ਆਪਸ ਵਿੱਚ ਮੇਲ ਨਹੀਂ ਖਾਂਦੇ ਸਾਡਾ ਟਾਰਗੇਟ ਹੈ ਲੋਹਗੜ੍ਹ ਇਸ ਵਿਰਾਸਤ ਨੂੰ ਪੂਰੀ ਮਾਨਤਾ ਸਾਹਮਣੇ ਪੇਸ਼ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਘਰ ਘਰ ਪਹੁੰਚਾਉਣੀ ਸੋ ਮੈਂ ਧੰਨਵਾਦ ਕਰਦਾਂਗਾ ਤੁਹਾਡਾ ਵੀ ਬੜੇ ਗੋਹ ਦੇ ਨਾਲ ਤੁਸੀਂ ਇਸ ਪ੍ਰੋਗਰਾਮ ਨੂੰ ਪਿਆਰ ਕਰਦੇ ਹੋ ਦੇਖਦੇ ਹੋ ਗਗਨਦੀਪ ਸਿੰਘ ਮੈਂ ਜਾਂਦਿਆਂ ਤੁਹਾਨੂੰ ਸਵਾਲ ਕਰਨਾ ਚਾਹਾਂਗਾ ਹੁਣ ਤੁਸੀਂ ਇੱਕ ਖਾਕਾ ਤਿਆਰ ਕਰ ਦਿੱਤਾ ਲੋਹਗੜ੍ਹ ਦਾ ਸਿੱਖ ਕੈਪੀਟਲ ਬਾਬਾ ਬੰਦਾ ਸਿੰਘ ਬਹਾਦਰ ਦੀ ਜੋ ਸਾਡੀ ਸਿੱਖ ਸਿਧਾਂਤ ਸਾਡੀ ਵਿਰਾਸਤ ਸਿੱਖ ਵਿਰਾਸਤ ਬੋਲਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੈਲੰਜ ਤਾਂ ਆ ਸੀ ਮੁਖਲਸਗੜ੍ਹ ਵਾਲਾ ਹੋਰ ਵੀ ਬਥੇਰੇ ਚੈਲੰਜ ਆਉਣਗੇ ਹਾਲਾਂਕਿ ਇਤਿਹਾਸਕਾਰਾਂ ਵੱਲੋਂ ਹੀ ਆਉਣਗੇ ਕਿਹੋ ਜਿਹੇ ਚੈਲੰਜ ਹੁਣ ਤੱਕ ਤੁਸੀਂ ਰਿਜ਼ਰਵ ਕਰ ਚੁੱਕੇ ਹੋ ਦੇਖੋ ਐਸਾ ਹੈ ਕਿ ਸਭ ਤੋਂ ਪਹਿਲੇ ਤਾਂ ਸਾਨੂੰ ਜੋ ਚੈਲੰਜ ਤਾਂ ਆਉਂਦਾ ਕਿ ਜਦੋਂ ਕੋਈ ਬੰਦਾ ਗਰਾਊਂਡ ਨਹੀਂ ਦੇਖਦਾ ਔਰ ਬਿਨਾਂ ਗਰਾਊਂਡ ਦੇਖੇ ਹੀ ਕਮੈਂਟਸ ਕਰਦੇ ਨੇ ਔਰ ਫਿਰ ਜਿਹੜੇ ਅਸੀਂ ਐਵੀਡੈਂਸਿਸ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਉਹ ਨਕਾਰਦੇ ਨੇ ਬਿਲਕੁਲ ਔਰ ਪ੍ਰੋਬਲਮ ਇਹ ਹੈ ਕਿ ਕਿਤਾਬਾਂ ਝੂਠੀਆਂ ਹੋ ਸਕਦੀਆਂ ਨੇ ਜਿਹੜੀਆਂ ਹਜ਼ਾਰਾਂ ਏਕੜ 'ਚ ਨੀਵਾਂ ਫੈਲੀਆਂ ਹੋਈਆਂ ਨੇ ਉਹ ਝੂਠੀਆਂ ਨਹੀਂ ਉਹ ਝੂਠੀਆਂ ਨਹੀਂ ਹੈ ਤਾਂ ਮੇਰੀ ਇੰਨਾ ਅੱਗੇ ਬੇਨਤੀ ਹੈ ਕਿ ਮੇਰੇ ਨਾਲ ਇੱਕ ਬੜੇ ਕਿਸੇ ਨਾ ਮਤਲਬ ਵਿਦਵਾਨ ਆਦਮੀ ਨੇ ਗੱਲ ਦੱਸੀ ਕਹਿੰਦੇ ਵੀ ਇੰਨੀ ਆਰਕਿਓਲੋਜੀਕਲੀ ਐਵੀਡੈਂਸਿਸ ਔਰ ਰਿਸਰਚ ਨੂੰ ਕੰਪਲੀਟ ਕਰਨ ਵਾਸਤੇ ਅਤੇ ਕਹਿੰਦੇ ਕੋਈ ਅੰਗਰੇਜ਼ ਤਾਂ ਕਰ ਲੈਣਗੇ ਜਿਹੜਾ ਆਪਣਾ ਰੋਟੀ ਪਾਣੀ ਆਪਣੇ ਰਗ ਬੈਗਸ 'ਚ ਪਾ ਕੇ ਉੱਥੇ ਟੈਂਟ ਲਾਇਆ ਫਿਰ ਅਗਲੀ ਪਹਾੜੀ 'ਤੇ ਚੜ੍ਹ ਗਏ ਫਿਰ ਉਹਨੇ ਕਹਿੰਦੇ ਵੀ ਸਾਡੇ ਬੰਦਿਆਂ ਦੇ ਵੱਸ ਦੀ ਗੱਲ ਨਹੀਂ ਹੈ ਕਿਉਂਕਿ ਅਲਟੀਮੇਟਲੀ ਓਰੀਐਂਟੇਸ਼ਨ ਹੀ ਨਹੀਂ ਹੈ ਪਰ ਜੇ ਕਿਸੇ ਨੇ ਰਿਸਰਚ ਕਰ ਲਈ ਹੈ ਉਹ ਰਿਸਰਚ ਦੇਣਾ ਵੀ ਚਾਹ ਰਿਹਾ ਉਹਦੀ ਵਿਰੋਧਤਾ ਕੀਤੀ ਮਤਲਬ ਇੱਕ ਹਿਟਲਰ ਵਰਗਾ ਰਾਜ ਜਿਹਾ ਬਣਿਆ ਹੋਇਆ ਔਰ ਸਿੱਖੀ ਦੇ ਵਿੱਚ ਮੇਰੇ ਸਮਝ ਨਹੀਂ ਆਉਂਦਾ ਨਾਲੇ ਇਹਨੂੰ ਇੱਕ ਹੋਰ ਗੱਲ 'ਤੇ ਸਮਝਣ ਦੀ ਬੜੀ ਸਖ਼ਤ ਜ਼ਰੂਰਤ ਹੈ ਜਿਹੜਾ ਲੋਹਗੜ੍ਹ ਦੀ ਸਰਦਾਰ ਗਗਨਦੀਪ ਸਿੰਘ ਦੀ ਗੱਲ ਕਰ ਰਹੇ ਨੇ ਉਹ ਵਿਸ਼ਵ ਦਾ ਸਭ ਤੋਂ ਵੱਡਾ ਅਜੂਬਾ ਹੈ ਬਿਲਕੁਲ ਅਗਰ ਉਹਨੂੰ ਪ੍ਰੈਕਟੀਕਲੀ ਗਰਾਊਂਡ 'ਤੇ ਦੇਖਣਾ ਹੋਵੇ ਕਿ ਗੁਰੂ ਸਾਹਿਬਾਨਾਂ ਨੇ ਉਹ ਪਲਾਨ ਨੂੰ ਤਿਆਰ ਕੀਤਾ ਕੀਤਾ ਤਾਂ ਉਹਨੂੰ ਦੇਖਣ ਵਾਸਤੇ ਇੱਕ ਸਾਲ ਦਾ ਸਮਾਂ ਚਾਹੀਦਾ ਇੰਨੀ ਵੱਡੀ ਪਲਾਨ ਹੈ ਔਰ ਐਸਾ ਨਹੀਂ ਹੈ ਕਿ ਬੁੱਕਸ ਨਹੀਂ ਹੈ ਇਹ ਗੱਲ ਪਰਸ਼ੀਅਨ ਰਿਕਾਰਡ 'ਚ ਰੈਗੂਲਰ ਆਈ ਹੈ ਕਿ ਇਹਨਾਂ ਸਾਰੀਆਂ ਪਹਾੜੀਆਂ ਦੇ ਉੱਤੇ ਡਬਲ ਡਬਲ ਵਾਲਸ ਜਿਹੜੀ ਆ ਫੋਰਟੀਫਿਕੇਸ਼ਨ ਬਣਾ ਲਈਆਂ ਸੀਗੀ ਔਰ ਇਹਦੇ ਅੰਦਰ ਇੱਕ ਪੰਛੀ ਦਾ ਐਂਟਰ ਕਰਨਾ ਵੀ ਮਤਲਬ ਮੌਤ ਨੂੰ ਆਵਾਜ਼ ਮਾਰਨਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਗਗਨਦੀਪ ਸਿੰਘ ਤੁਸੀਂ ਇੱਥੇ ਬਕਾਇਦਾ ਲੰਬੇ ਸਮੇਂ ਤੋਂ ਕਾਰਜ ਕਰ ਰਹੇ ਹੋ ਕਿੰਨਾ ਕੁ ਸਮਾਂ ਹੋਰ ਲੱਗੇਗਾ ਕਿ ਸੰਗਤਾਂ ਅੱਜ ਆਪਣੀਆਂ ਗੱਡੀਆਂ ਆਪਣੇ ਵਹੀਕਲ ਰਹੇ ਲੋਹਗੜ੍ਹ ਦੀ ਧਰਤੀ 'ਤੇ ਸਲਾਮ ਕਰਨ ਵਾਸਤੇ ਆਉਣਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿਆਰ ਕਰਨ ਵਾਸਤੇ ਦੇਖੋ ਐਸਾ ਹੈ ਕਿ ਜਿਹੜੇ ਬੰਦੇ ਫਿਜ਼ੀਕਲੀ ਫਿੱਟ ਨੇ ਉਹ ਬੰਦੇ 'ਤੇ ਚਾਹੇ ਸਾਡੇ ਕੋਲ ਆਉਣ 10 ਮੋਰਚੇ ਦੇਖਣੇ 10 ਦਿਖਾਵਾਂਗੇ 20 ਮੋਰਚੇ ਦੇਖਣੇ 20 ਮੋਰਚੇ ਦਿਖਾ ਮਹੀਨਾ ਘੁੰਮਣਾ ਮਹੀਨਾ ਘੁੰਮੋ 6 ਮਹੀਨੇ ਘੁੰਮਣਾ 6 ਮਹੀਨੇ ਘੁੰਮੋ ਇੰਨਾ ਮਟੀਰੀਅਲ ਉੱਥੇ ਪਿਆ ਹੋਇਆ ਮੌਕੇ ਦੇ ਉੱਪਰ ਕਿਆ ਬਾਤ ਹੈ ਔਰ ਕਈ ਜਿਹੜੇ ਮੌਕੇ ਦੇ ਉੱਪਰ ਕੁਛ ਸਾਡੇ ਬਜ਼ੁਰਗ ਐਸੇ ਨੇ ਜਿਹੜੇ ਉਹ ਪਹਾੜੀਆਂ 'ਤੇ ਨਹੀਂ ਚੜ੍ਹ ਸਕਦੇ ਤੁਹਾਨੂੰ ਮੈਂ ਵੀ ਗੱਲ ਦੱਸਦਾ ਕਿ ਕੁਛ ਪੁਆਇੰਟ ਅਸੀਂ ਐਸੇ ਆਈਡੈਂਟੀਫਾਈ ਕਰ ਲਏ ਨੇ ਉਸ ਆਈਡੈਂਟੀ ਉੱਥੇ ਗੱਡੀਆਂ ਜਾਂਦੀਆਂ ਨੇ ਉਹਨਾਂ ਗੱਡੀਆਂ ਤੱਕ ਤੁਹਾਨੂੰ ਦੁਬਾਰਾ ਤੁਹਾਨੂੰ ਪਹੀਆਂ ਮੌਕੇ 'ਤੇ ਮਿਲ ਜਾਣਗੀਆਂ ਜੀ
ਕਿਆ ਬਾਤ ਹੈ ਸੱਚਮੁੱਚ ਦੋਸਤੋ। ਹੁਣ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਏ ਨਾ ਤੁਹਾਡੇ ਵਿੱਚ ਆਵਾਂਗਾ ਨਾ ਮੈਂ ਗਗਨਦੀਪ ਸਿੰਘ ਵਿੱਚ ਕਰਾਵਾਂਗਾ। ਬੜੀ ਜਲਦੀ ਤੁਹਾਨੂੰ ਅਸੀਂ ਅਗਲੇ ਐਪੀਸੋਡ 'ਚ ਉਸ ਸਥਾਨ 'ਤੇ ਦੀਦਾਰ ਕਰਾਵਾਂਗੇ ਜਿਹੜਾ ਸਥਾਨ ਸਾਡੇ ਅਤਿ ਸਤਿਕਾਰਯੋਗ ਸਰਦਾਰ ਗਗਨਦੀਪ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਸਰਦਾਰ ਜਰਨੈਲ ਸਿੰਘ ਉਹਨਾਂ ਦੀ ਪੂਰੀ ਟੀਮ ਦਿਨ ਰਾਤ ਇੱਕ ਕਰਕੇ ਲੱਗੀ ਪਈ ਹੈ ਕਿ ਸਥਾਨ ਅਸੀਂ ਮਾਨਤਾ ਸਾਹਮਣੇ ਪੇਸ਼ ਕਰ ਸਕੀਏ। ਬਾਬਾ ਬੰਦਾ ਸਿੰਘ ਬਹਾਦਰ ਦੀ ਉਹ ਵਿਰਾਸਤ ਸਿੱਖ ਕੈਪੀਟਲ ਜਲਦੀ ਮਾਨਤਾ ਸਾਹਮਣੇ ਪੇਸ਼ ਆਵੇ। ਉਸ ਸਥਾਨ 'ਤੇ ਹੋਰ ਕੀ ਕੁਝ ਹੈ, ਕਿਹੋ ਜਿਹੀਆਂ ਦੀਵਾਰਾਂ, ਕਿਹੋ ਜਿਹੇ ਇਤਿਹਾਸਕ ਸਰੋਤ ਸਾਡੇ ਸਾਹਮਣੇ ਆਏ ਨੇ, ਕਿਹੋ ਜਿਹੇ ਇਤਿਹਾਸਕ ਚਿੰਨ੍ਹ ਸਾਡੇ ਸਾਹਮਣੇ ਆਏ ਨੇ, ਬੜੀ ਜਲਦੀ ਉਸ ਧਰਤੀ ਤੋਂ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਅਸੀਂ ਆਪ ਸਾਰਿਆਂ ਤੋਂ ਖਿਮਾ 'ਤੇ ਜਾ ਚੱਕਾਂ। ਗਗਨਦੀਪ ਸਿੰਘ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਜਰਨੈਲ ਸਿੰਘ ਤੁਹਾਡਾ ਵੀ, ਉਸ ਪਰਮਾਤਮਾ ਅੱਗੇ ਅਰਦਾਸ ਮਾਲਕ ਤੁਹਾਨੂੰ ਹੋਰ ਤੰਦਰੁਸਤੀ ਬਖਸ਼ੇ, ਜਿਸ ਲਗਨ ਦੇ ਨਾਲ ਜਿਸ ਗੋਹ ਦੇ ਨਾਲ ਤੁਸੀਂ ਲੱਗੇ ਪਏ ਹੋ, ਦਿੰਦਾ ਅਤੇ ਕੀਤਾ ਪਿਆ ਹੈ, ਇੰਨੀ ਕੁ ਤਾਕਤ ਮਾਲਕ ਬਖਸ਼ੇ ਕਿ ਤੁਸੀਂ ਕਦੀ ਵੀ ਇਸ ਮੁਕਾਮ 'ਤੇ ਪਹੁੰਚਣ ਵਾਸਤੇ ਕਦੀ ਪੈਰ ਪਿੱਛੇ ਨਾ ਕਰੋ, ਨਿਰੰਤਰ ਅੱਗੇ ਵੱਧਦੇ ਰਹੋ ਅਤੇ ਮਾਨਤਾ ਸਾਹਮਣੇ ਇਹੋ ਜਿਹਾ ਸਥਾਨ ਦਿਓ, ਲੋਕ ਸਲਾਮ ਕਰਨ, ਬਾਬਾ ਬੰਦਾ ਸਿੰਘ ਬਹਾਦਰ ਘਰ ਘਰ ਰਾਜ ਕਰੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਆਪ ਸਮੂਹ ਸੰਗਤਾਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।